हेलो स्टूडेंट्स, साडा आज दा टॉपिक है द पॉलिटिक्स ऑफ ऑटोनॉमी इन जम्मू एंड कश्मीर। द पॉलिटिक्स ऑफ स्टेट ऑटोनॉमी। द पॉलिटिक्स ऑफ स्टेट ऑटोनॉमी है जेड़ा शब्द है, ए ऑटोनॉमी शब्द है जेड़ा, यह हुंदा है खुद मुख्तियारी ले, जिसनु असी की कहंदे है अभी कोई भी स्टेट है ਉਹ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਹੈ ਜਿਹੜਾ ਕਰਦੀ ਹੈ ਤਾਂ ਉਸ ਤੇ ਕਿਸੇ ਤਰ੍ਹਾਂ ਦਾ ਸੈਂਟਰ ਗਵਰਨਮੈਂਟ ਦਾ ਜਾਂ ਕਿਸੇ ਹੋਰ ਗਵਰਨਮੈਂਟ ਦਾ ਅਧਿਕਾਰ ਜਾਂ ਕੰਟਰੋਲ ਨਹੀਂ ਹੋਵੇਗਾ। ਜੋ ਵੀ ਕੰਮ ਕਰੇਗੀ ਉਹ ਜਿਹੜਾ ਸਟੇਟ ਹੋਏਗਾ, ਜਿਵੇਂ ਜੰਮੂ ਕਸ਼ਮੀਰ ਇੱਥੇ ਲਿਖਿਆ ਤਾਂ ਜੰਮੂ ਕਸ਼ਮੀਰ ਸਾਰਾ ਸੰਭਾਲੇਗਾ, ਪੰਜਾਬ ਲਿਖਿਆ ਤਾਂ ਪੰਜਾਬ, ਤਾਮਿਲਨਾਡੂ ਹੈ ਤਾਂ ਤਾਮਿਲਨਾਡੂ। ਇਸ ਤਰ੍ਹਾਂ ਕੀ ਹੈ, ਡਿਫਰੈਂਟ ਡਿਫਰੈਂਟ ਸਟੇਟ ਹੈ ਜਿਹੜਾ ਉਹ ਸੈਂਟਰਲ ਕੋਲੋਂ ਆਪਣੀ ਸਟੇਟ ਆਟੋਨੋਮੀ ਦੀ ਮੰਗ ਕਰਦੀਆਂ ਹਨ ਕਿ ਸਾਨੂੰ ਜਿਹੜਾ ਆਪਣੇ ਰਾਜ ਦੀ ਖੁਦ ਮੁਖਤਿਆਰੀ ਦਿੱਤੀ ਜਾਵੇ। ਖੁਦ ਮੁਖਤਿਆਰੀ ਮੀਨਸ ਕਿ ਹਰੇਕ ਕੰਮ ਹੈ ਜਿਹੜਾ ਅਸੀਂ ਖੁਦ ਕਰਨ, ਸਾਡਾ ਕੰਟਰੋਲ ਖੁਦ ਦਾ ਹੋਵੇ, ਅਸੀਂ ਕੰਮ ਖੁਦ ਦਾ ਕਰਨ ਅਤੇ ਸਾਡਾ ਜਿਹੜਾ ਪ੍ਰਭਾਵ ਹੈ ਜਾਂ ਸਾਡੇ ਲੋਕ ਹੈ ਜਿਹੜੀ ਸਾਡੀ ਮੰਨਣ। ਠੀਕ ਹੈ, ਇਸ ਤਰ੍ਹਾਂ ਜਿਹੜੀ ਅਲੱਗ ਅਲੱਗ ਸਟੇਟਸ ਦੇ ਦੁਆਰਾ ਸਟੇਟ ਆਟੋਨੋਮੀ ਦੀ ਗੱਲ ਹਮੇਸ਼ਾ ਤੋਂ ਕੀਤੀ ਗਈ ਹੈ। ਸੈਂਟਰਲ ਵੱਲੋਂ ਜੇਕਰ ਸਟੇਟ ਆਟੋਨੋਮੀ ਦੀ ਜਿਹੜੀ ਗੱਲ ਹੈ, ਜਿਹੜੀ ਮੰਗ ਹੈ, ਡਿਫਰੈਂਟ ਡਿਫਰੈਂਟ ਸਟੇਟ ਵੱਲੋਂ ਕੀਤੀ ਜਾਂਦੀ ਹੈ, ਤਾਂ ਜੇ ਕਈ ਸਟੇਟ ਵੱਲੋਂ ਕੀ ਹੋਇਆ ਹੈ ਕਿ ਇਸ ਲਈ ਕਈ ਦੰਗੇ ਫਰਸਾਦ ਹੋਏ ਹਨ, ਕਈ ਤਰ੍ਹਾਂ ਦੇ ਇਹਨਾਂ ਕੋਲਡ ਵਾਰ ਕਹਿ ਸਕਦੇ ਹਨ ਕਿ ਮਨਾ ਕਰਨ ਜਾਂ ਬੋਲ ਚਾਲ ਕਰਨ ਨਾਲ ਜਿਹੜੀ ਹੈ ਲੜਾਈ ਝਗੜੇ ਹੋਏ ਹਨ, ਵਿੱਚ ਆ ਧਾਰਾਵਾਂ ਇੱਕ ਦੂਜੇ ਦੇ ਅਗੇਂਸਟ ਹੋਈਆਂ ਹਨ, ਜਾਂ ਇੱਕ ਦੂਜੇ ਸਟੇਟਸ ਨੂੰ ਨੁਕਸਾਨ ਪਹੁੰਚਾਉਣ ਦਾ ਅੰਦਰੂਨੀ ਅਤੇ ਬਾਹਰੀ ਮਾਮਲਿਆਂ ਰਾਹੀਂ ਜਿਹੜਾ ਇੱਕ ਦੂਜੇ ਰਾਹੀਂ ਸੈਂਟਰ ਨੂੰ ਜਿਹੜਾ ਪ੍ਰਭਾਵਿਤ ਕਰਨ ਦੇ ਤਰੀਕਿਆਂ ਰਾਹੀਂ ਜਿਹੜਾ ਸਟੇਟ ਆਟੋਨੋਮੀ ਦੀ ਜਿਹੜੀ ਗੱਲ ਹੈ ਜਿਹੜੀ ਕੀਤੀ ਗਈ ਹੈ, ਜਾਂ ਸਟੇਟ ਆਟੋਨੋਮੀ ਦੀ ਮੰਗ ਕੀਤੀ ਗਈ ਹੈ। ਤੋ ਸਟੂਡੈਂਟਸ, ਅੱਜ ਅਸੀਂ ਸਟੇਟ ਪੋਲੀਟਿਕਸ ਦੇ ਇਨ ਇੰਡੀਆ ਦੀ ਬੁੱਕ ਵਿੱਚ ਦੀ ਪੋਲੀਟਿਕਸ ਆਫ ਸਟੇਟ ਆਟੋਨੋਮੀ ਇਨ ਜੰਮੂ ਐਂਡ ਕਸ਼ਮੀਰ ਦੀ ਗੱਲ ਕਰਾਂਗੇ। ਪੋਲੀਟਿਕਸ ਆਫ ਆਟੋਨੋਮੀ। ਪੋਲੀਟਿਕਸ ਆਫ ਆਟੋਨੋਮੀ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਡਿਫਰੈਂਟ ਡਿਫਰੈਂਟ ਸਟੇਟ ਹੈ ਜਿਹੜੀ ਸਟੇਟਸ ਦੇ ਦੁਆਰਾ ਹਮੇਸ਼ਾ ਤੋਂ ਇਹ ਮੰਗ ਕੀਤੀ ਗਈ ਹੈ ਕਿ ਉਹਨਾਂ ਦੇ ਸਟੇਟ ਨੂੰ ਜਿਹੜਾ ਖੁਦ ਮੁਖਤਿਆਰ ਕਰ ਦਿੱਤਾ ਜਾਵੇ ਜਾਂ ਸੁਤੰਤਰ ਕਰ ਦਿੱਤਾ ਜਾਵੇ, ਕਿਸ ਤੋਂ, ਸੈਂਟਰਲ ਦੇ ਕੰਟਰੋਲ ਤੋਂ। ਸੈਂਟਰਲ ਦੀ ਜਿਹੜੀ ਵੀ ਧਾਰਾਵਾਂ ਲੱਗਦੀਆਂ ਹਨ ਜਾਂ ਜਿਹੜੀ ਵੀ ਉਹਨਾਂ ਦੇ ਕੰਮ ਕੀਤੇ ਜਾਂਦੇ ਹਨ ਉਹ ਸਾਰੇ ਕੰਮ ਹੈ ਜਿਹੜੇ ਉਸੇ ਉਸੇ ਸਟੇਟਸ ਨੂੰ ਦਿੱਤੀ ਜਾਵੇ ਜਿਨ੍ਹਾਂ ਦੀ ਜਿਨ੍ਹਾਂ ਵੱਲੋਂ ਮੰਗ ਕੀਤੀ ਜਾਂਦੀ ਹੈ। ਜੰਮੂ ਕਸ਼ਮੀਰ ਸਾਡਾ ਇੱਕ ਵਿਸ਼ੇਸ਼ ਰਾਜ ਹੈ ਜਿਸ ਨੂੰ ਵਿਸ਼ੇਸ਼ ਰਾਜ ਦਾ ਦਰਜਾ ਪ੍ਰਾਪਤ ਹੈ 370 ਦੇ ਅਧੀਨ। 370 ਦੇ ਦਿਨ ਜਦੋਂ ਜੰਮੂ ਐਂਡ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਗਿਆ ਸੀ ਤਾਂ ਉਸ ਸਮੇਂ ਭਾਰਤ ਨੂੰ ਵੀ ਕੀ ਹੈ ਇਸ ਵੱਲੋਂ ਕੀ ਹੈ ਕਈ ਪ੍ਰਕਾਰ ਦੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਕੰਮ ਕਰਨ ਦੀ ਇਜਾਜ਼ਤ ਸੀ। ਭਾਰਤ ਦੇ ਸੰਵਿਧਾਨ ਵਿੱਚ ਜੰਮੂ ਕਸ਼ਮੀਰ ਰਾਜ ਦੀ ਵਿਸ਼ੇਸ਼ ਸਥਿਤੀ ਸੀ। ਇਹ ਸੰਵਿਧਾਨ ਦੇ ਅਨੁਛੇਦ 1 ਵਿੱਚ ਭਾਰਤ ਦੇ ਰਾਜ ਦੇ ਖੇਤਰ ਦਾ ਭਾਗ ਰਾਜ ਪੁਨਰ ਗਠਨ ਦੇ ਅਧਿਨਿਯਮ 1956 ਦੇ ਸੰਵਿਧਾਨਿਕ ਸੰਸ਼ੋਧਨ ਅਧਿਨਿਯਮ ਦੇ ਅਨੁਸਾਰ ਜੰਮੂ ਕਸ਼ਮੀਰ ਰਾਜ ਭਾਰਤ ਦੇ ਰਾਜਾਂ ਦੀ ਸੂਚੀ ਵਿੱਚ ਵਰਤਿਤ ਇੱਕ ਰਾਜ ਹੈ। ਇਹਨਾਂ ਸਾਰਿਆਂ ਦੇ ਹੁੰਦੇ ਹੋਏ ਵੀ ਭਾਰਤ ਦੇ ਸੰਵਿਧਾਨ ਦੇ ਅਨੁਛੇਦ 370 ਦੇ ਅੰਤਰਗਤ ਜੰਮੂ ਕਸ਼ਮੀਰ ਰਾਜ ਨੂੰ ਵਿਸ਼ੇਸ਼ ਸੰਵਿਧਾਨਿਕ ਸਥਿਤੀ ਮਿਲੀ ਹੋਈ ਹੈ। ਭਾਵ ਕਿ 1956 ਦੇ ਸੰਵਿਧਾਨਿਕ ਕੌਨਸਟੀਟਿਊਸ਼ਨ CA ਦੇ ਅਕੋਰਡਿੰਗ ਜੰਮੂ ਕਸ਼ਮੀਰ ਭਾਰਤ ਰਾਜ ਸੰਘ ਦਾ ਦੀ ਸੂਚੀ ਵਿੱਚ ਇੱਕ ਵਰਣਿਤ ਰਾਜ ਹੈ ਕਿ ਜਿੰਨੇ ਵੀ ਭਾਰਤ ਦੀ ਸਟੇਟ ਸਨ ਉਹਨਾਂ ਵਿੱਚ ਭਾਰਤ ਨੂੰ ਸੋਰੀ ਜੰਮੂ ਕਸ਼ਮੀਰ ਨੂੰ ਇੱਕ ਸਟੇਟ ਹੋਣ ਦਾ ਦਰਜਾ ਪ੍ਰਾਪਤ ਹੈ। ਇਹਨਾਂ ਸਾਰਿਆਂ ਦੇ ਹੁੰਦੇ ਹੋਏ ਵੀ ਭਾਰਤ ਦੇ ਸੰਵਿਧਾਨ ਦੇ ਅਨੁਛੇਦ 370 ਦੇ ਅੰਤਰਗਤ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸੰਵਿਧਾਨਿਕ ਸਥਿਤੀ ਮਿਲੀ ਹੋਈ ਹੈ। ਕਿ ਹੋਰ ਸਟੇਟਸ ਨਾਲੋਂ ਕਈ ਡਿਫਰੈਂਟ ਡਿਫਰੈਂਟ ਜਿਹੜੀ ਸੁਵਿਧਾਵਾਂ ਹੈ ਜਾਂ ਫੈਸਿਲਿਟੀਜ਼ ਹੈ ਜਿਹੜੀ ਉਹ ਮਿਲੀਆਂ ਹੋਈਆਂ ਹਨ, ਜਿਸ ਕਾਰਨ ਕੀ ਹੈ ਇਸਨੂੰ ਵਿਸ਼ੇਸ਼ ਸੰਵਿਧਾਨਿਕ ਸਥਿਤੀ ਹੈ ਜਿਹੜੀ ਸੰਵਿਧਾਨ ਦੁਆਰਾ ਇੱਕ ਵਿਸ਼ੇਸ਼ ਸਥਿਤੀ ਹੈ ਜਿਹੜੀ ਉਹ ਮਿਲੀ ਹੋਈ ਹੈ। ਠੀਕ ਹੈ, ਨੈਕਸਟ ਹੈ ਇਤਿਹਾਸਿਕ ਪ੍ਰਸ਼ਨ ਭੂਮੀ।
ਰਾਜ ਗੁਲਾਬ ਸਿੰਘ ਦੇ ਪੂਰਵਜ ਜੰਮੂ ਕਸ਼ਮੀਰ ਦੇ ਸ਼ਾਸਕ ਸਨ। 1848 ਵਿੱਚ ਅੰਮ੍ਰਿਤਸਰ ਵਿੱਚ ਰਾਜਾ ਗੁਲਾਬ ਸਿੰਘ ਅਤੇ ਈਸਟ ਇੰਡੀਆ ਕੰਪਨੀ ਦੇ ਵਿਚਕਾਰ ਇੱਕ ਸਮਝੌਤਾ ਹੋਇਆ। ਇਸ ਸਮਝੌਤੇ ਦੇ ਦੁਆਰਾ ਜੰਮੂ ਕਸ਼ਮੀਰ ਨੂੰ ਈਸਟ ਇੰਡੀਆ ਕੰਪਨੀ ਤੋਂ 15 ਲੱਖ ਰੁਪਏ ਵਿੱਚ ਖਰੀਦ ਲਿਆ। ਇਸ ਤਰ੍ਹਾਂ ਜੰਮੂ ਕਸ਼ਮੀਰ ਰਾਜਾ ਗੁਲਾਬ ਸਿੰਘ ਦੀ ਅਧੀਨਤਾ ਵਿੱਚ ਆ ਗਿਆ ਅਤੇ ਬ੍ਰਿਟਿਸ਼ ਸ਼ਾਸਨ ਕਾਲ ਵਿੱਚ ਜੰਮੂ ਕਸ਼ਮੀਰ ਰਾਜਾ ਇੱਕ ਦੇਸੀ ਰਿਆਸਤ ਸੀ। ਕੀ ਹੋਇਆ ਇਸ ਦੀ ਹਿਸਟਰੀ ਬਾਰੇ ਜਾਣਦੇ ਹਾਂ ਤਾਂ ਇਸ ਦੇ ਰਾਜਾ ਸੋਰੀ ਜਦੋਂ ਰਾਜਾ ਗੁਲਾਬ ਸਿੰਘ ਨੇ ਕੀ ਹੈ ਈਸਟ ਇੰਡੀਆ ਕੰਪਨੀ ਦੇ ਸੋਰੀ ਜੰਮੂ ਕਸ਼ਮੀਰ ਦੇ ਮੇਨ ਸ਼ਾਸਕ ਸੀ। ਗੱਲ ਉਦੋਂ ਦੀ ਹੈ ਜਦੋਂ 1848 ਵਿੱਚ ਅੰਮ੍ਰਿਤਸਰ ਵਿੱਚ ਇੱਕ ਸੰਧੀ ਹੁੰਦੀ ਹੈ ਜਿਸ ਵਿੱਚ ਕੀ ਹੈ ਰਾਜਾ ਗੁਲਾਬ ਸਿੰਘ ਹੈ ਜਿਹੜਾ ਉਹ ਈਸਟ ਇੰਡੀਆ ਕੰਪਨੀ ਤੋਂ ਕੀ ਹੈ ਇੱਕ ਸਮਝੌਤਾ ਕਰਦਾ ਹੈ ਅਤੇ ਇਸ ਸਮਝੌਤੇ ਦੁਆਰਾ ਜਿਹੜਾ 15 ਲੱਖ ਰੁਪਏ ਵਿੱਚ ਜਿਹੜੀ ਜੰਮੂ ਐਂਡ ਕਸ਼ਮੀਰ ਉਹ ਈਸਟ ਇੰਡੀਆ ਕੰਪਨੀ ਕੋਲੋਂ ਖਰੀਦ ਲੈਂਦਾ ਹੈ। ਇਸ ਤਰ੍ਹਾਂ ਜੰਮੂ ਕਸ਼ਮੀਰ ਰਾਜਾ ਗੁਲਾਬ ਸਿੰਘ ਦੀ ਅਧੀਨਤਾ ਵਿੱਚ ਆ ਜਾਂਦਾ ਹੈ। ਬ੍ਰਿਟਿਸ਼ ਸ਼ਾਸਨ ਕਾਲ ਵਿੱਚ ਕੀ ਹੈ ਜੰਮੂ ਕਸ਼ਮੀਰ ਰਾਜ ਇੱਕ ਦੇਸੀ ਰਿਆਸਤ ਸੀ। ਪਾਕਿਸਤਾਨ ਤੇ ਹਮਲਾ ਅਤੇ ਜੰਮੂ ਕਸ਼ਮੀਰ ਦਾ ਭਾਰਤ ਤੋਂ ਅਲੱਗ ਹੋਣਾ ਇਸਦੇ ਫੀਚਰ ਸੋਰੀ ਇਸਦੀ ਜੋ ਜੋ ਹਿਸਟਰੀ ਬਾਰੇ ਜੁੜਿਆ ਹੋਇਆ ਹੈ ਉਹ ਉਸ ਬਾਰੇ ਅਸੀਂ ਸਾਰਾ ਕੁਛ ਪੜ੍ਹ ਰਹੇ ਹਨ। ਆਜ਼ਾਦ ਕਸ਼ਮੀਰ ਫੋਰਸ ਦੇ ਨਾਮ ਨਾਲ ਨਾਂ ਤੇ ਭਾਰਤ ਨੂੰ ਸੁਤੰਤਰਤਾ ਮਿਲਣ ਦੇ ਬਾਅਦ 24 ਅਕਤੂਬਰ 1948 ਨੂੰ ਪਾਕਿਸਤਾਨ ਤੇ ਹਮਲਾ ਕਰ ਦਿੱਤਾ। ਜਦੋਂ ਉਦੋਂ ਜੰਮੂ ਕਸ਼ਮੀਰ ਦੇ ਤਤਕਾਲੀਨ ਸ਼ਾਸਕ ਅਤੇ ਸ਼ਾਸਕ ਮਹਾਰਾਜਾ ਹਰੀ ਸਿੰਘ ਨੇ ਹੋਰ ਦੇਸੀ ਰਿਆਸਤਾਂ ਦੇ ਸ਼ਾਸਕਾਂ ਦੁਆਰਾ ਸਵੀਕਾਰ ਕੀਤੇ ਭਾਰਤੀ ਸ਼ਾਸਨ ਵਿੱਚ ਕਿ ਆਜ਼ਾਦ ਕਸ਼ਮੀਰ ਫੋਰਸ ਦੇ ਨਾਂ ਨਾਲ ਭਾਰਤ ਨੂੰ ਸੁਤੰਤਰਤਾ ਮਿਲਣ ਬਾਅਦ ਕਿ ਜਦੋਂ ਭਾਰਤ ਨੂੰ ਕੀ ਹੈ ਆਜ਼ਾਦ ਕਸ਼ਮੀਰ ਦੇ ਫੋਰਸ ਨਾਲ ਜਦੋਂ ਸੁਤੰਤਰਤਾ ਮਿਲੀ ਤਾਂ ਉਸ ਨੇ 1948 ਨੂੰ ਪਾਕਿਸਤਾਨ ਤੇ ਹਮਲਾ ਕਰ ਦਿੱਤਾ। ਉਦੋਂ ਕੀ ਹੋਇਆ ਸੀ ਕਿ ਉਸ ਸਮੇਂ ਜਿਹੜੇ ਜੰਮੂ ਕਸ਼ਮੀਰ ਦੇ ਸ਼ਾਸਕ ਕੌਣ ਸੀ ਰਾਜਾ ਹਰੀ ਸਿੰਘ ਠੀਕ ਹੈ ਉਹਨਾਂ ਨੇ ਦੇਸੀ ਰਿਆਸਤਾਂ ਦੇ ਸ਼ਾਸਕਾਂ ਦੁਆਰਾ ਇਹ ਸਵੀਕਾਰ ਕੀਤਾ ਗਿਆ ਕਿ ਭਾਰਤ ਦਾ ਸ਼ਾਸਨ ਹੈ ਜਿਹੜਾ ਉਹ ਜੰਮੂ ਕਸ਼ਮੀਰ ਵਿੱਚ ਸਵੀਕਾਰ ਕੀਤਾ ਜਾਵੇਗਾ ਅਤੇ ਜਿਹੜੀ ਉਸ ਜੰਮੂ ਕਸ਼ਮੀਰ ਹੈ ਜਿਹੜਾ ਉਹ ਜਿਹੜਾ ਅੱਧਾ ਜੰਮੂ ਕਸ਼ਮੀਰ ਹੈ ਉਹ ਸਾਡੇ ਕੋਲੇ ਰਹੇਗਾ ਅਤੇ ਅੱਧਾ ਜਿਹੜਾ ਉਹ ਪਾਕਿਸਤਾਨ ਕੋਲੇ ਰਹੇਗਾ। ਸੋ ਸਟੂਡੈਂਟਸ ਤੁਸੀਂ ਆਟੋਨੋਮੀ ਬਾਰੇ ਸਮਝ ਹੀ ਚੁੱਕੇ ਹੋਗੇ। ਆਟੋਨੋਮੀ ਕੀ ਹੁੰਦੀ ਹੈ ਇੰਡੀਪੈਂਡੈਂਟ ਸਟੇਟ ਕਿ ਕੋਈ ਵੀ ਸਟੇਟ ਹੈ ਜਿਹੜੀ ਉਹ ਆਪਣੇ ਆਪ ਨੂੰ ਇੰਡੀਪੈਂਡੈਂਟ ਰੱਖਣਾ ਚਾਹੁੰਦੀ ਹੈ ਸੈਂਟਰਲ ਗੌਰਮੈਂਟ ਦਾ ਕਿਸੇ ਵੀ ਤਰ੍ਹਾਂ ਦਾ ਪ੍ਰਭਾਵ ਨਹੀਂ ਰੱਖਣਾ ਚਾਹੁੰਦੀ ਠੀਕ ਹੈ ਕਿਸੇ ਵੀ ਪ੍ਰਕਾਰ ਦਾ ਕੰਟਰੋਲ ਹੈ ਜਿਹੜਾ ਉਹ ਨਹੀਂ ਰੱਖਣਾ ਚਾਹੁੰਦੀ। ਜਿੰਨੀ ਵੀ ਸੰਵਿਧਾਨਿਕ ਸੰਘ ਸੂਚੀ ਹੈ ਰਾਜ ਸੂਚੀ ਹੈ ਅਤੇ ਸਹਿਮਤੀ ਸੂਚੀਆਂ ਹਨ ਉਹ ਸਾਰੀਆਂ ਜਿਹੜੀਆਂ ਜਿਸ ਵਿੱਚ ਸੈਂਟਰਲ ਦਾ ਕੰਟਰੋਲ ਦੱਸਿਆ ਗਿਆ ਹੈ ਕਿ ਇਹ ਕੰਮ ਹੈ ਜਿਹੜੇ ਸੈਂਟਰਲ ਵੱਲੋਂ ਕੀਤੇ ਜਾਣਗੇ ਅਤੇ ਇਹ ਕੰਮ ਸਟੇਟਸ ਵੱਲੋਂ ਕੀਤੇ ਜਾਣਗੇ ਤਾਂ ਉਹ ਸੂਚੀ ਨੂੰ ਖਤਮ ਕਰਕੇ ਜਿਹੜਾ ਹਰੇਕ ਸਟੇਟ ਇਹ ਚਾਹੁੰਦਾ ਹੈ ਕਿ ਉਸਨੂੰ ਇੱਕ ਖੁਦਮੁਖਤਿਆਰ ਰਾਜ ਦਾ ਦਰਜਾ ਦਿੱਤਾ ਜਾਵੇ। ਡਿਫਰੈਂਟ ਡਿਫਰੈਂਟ ਸਟੇਟ ਵੱਲੋਂ ਜਦੋਂ ਇਸ ਦੀ ਮੰਗ ਕੀਤੀ ਗਈ ਤਾਂ ਹਰੇਕ ਸਟੇਟ ਵੱਲੋਂ ਜਿਹੜਾ ਜੇਕਰ ਸੈਂਟਰ ਵੱਲੋਂ ਇਹ ਮੰਗ ਪੂਰੀ ਨਹੀਂ ਕੀਤੀ ਜਾਂਦੀ ਤਾਂ ਹਰੇਕ ਸਟੇਟ ਹੈ ਜਿਹੜਾ ਉਹ ਕਾਫੀ ਪ੍ਰਭਾਵਿਤ ਹੁੰਦਾ ਹੈ ਉਸ ਤੋਂ ਦੇ ਲੋਕਾਂ ਨੂੰ ਇੱਕ ਦੂਜੇ ਦੂਸਰੇ ਸਟੇਟਸ ਨਾਲ ਜਿਹਨਾਂ ਨੂੰ ਖੁਦ ਮੁਖਤਿਆਰੀ ਦਾ ਦਰਜਾ ਮਿਲ ਜਾਂਦਾ ਹੈ ਉਹਨਾਂ ਸਟੇਟਸ ਵੱਲੋਂ ਕੀ ਹੈ ਕਈ ਦੰਗੇ ਫਰਸਾਦ ਕੀਤੇ ਜਾਂਦੇ ਹਨ ਅਤੇ ਇੱਕ ਦੂਜੇ ਨੂੰ ਕੀ ਹੈ ਨੁਕਸਾਨ ਪਹੁੰਚਾਇਆ ਜਾਂਦਾ ਹੈ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਇਸ ਪ੍ਰਕਾਰ ਕੀ ਹੈ ਹਰੇਕ ਸਟੇਟ ਆਪਣੇ ਆਪ ਨੂੰ ਇੰਡੀਪੈਂਡੈਂਟ ਰੱਖ ਕੇ ਆਪਣੀ ਮਨਮਰਜ਼ੀ ਨਾਲ ਕੀ ਹੈ ਸਟੇਟ ਨੂੰ ਡਿਵੈਲਪ ਕਰਨਾ ਚਾਹੁੰਦਾ ਹੈ ਕਿਸੇ ਵੀ ਤਰ੍ਹਾਂ ਦੇ ਸੈਂਟਰਲ ਦਾ ਕੰਟਰੋਲ ਨਹੀਂ ਮੰਨਣਾ ਚਾਹੁੰਦਾ ਅਤੇ ਹਰੇਕ ਸਟੇਟ ਹੈ ਜਿਹੜਾ ਆਪਣੇ ਆਪ ਦਾ ਜਿਹੜਾ ਕੰਟਰੋਲ ਹੈ ਜਿਹੜਾ ਆਪਣੇ ਕੋਲ ਰੱਖ ਕੇ ਆਪਣੇ ਅਕੋਰਡਿੰਗ ਸਟੇਟ ਨੂੰ ਚਲਾਉਣਾ ਚਾਹੁੰਦਾ ਹੈ ਪਰੰਤੂ ਇਹ ਆਸਾਨ ਗੱਲ ਨਹੀਂ ਹੈ ਕਿ ਹਰੇਕ ਸਟੇਟ ਨੂੰ
ਕੀ ਹੈ ਇੱਕ ਇੰਡੀਪੈਂਡੈਂਟ ਸਟੇਟ ਜਾਂ ਆਟੋਨੋਮੀ ਜਿਹੜੀ ਉਸਨੂੰ ਦਿੱਤੀ ਜਾਵੇ। ਵਿਸ਼ੇਸ਼ ਤੌਰ ਤੇ ਜਿਹੜਾ ਜੰਮੂ ਕਸ਼ਮੀਰ ਹੈ ਉਸਨੂੰ ਇੱਕ ਵਿਸ਼ੇਸ਼ ਦਰਜਾ ਇਸ ਲਈ ਦਿੱਤਾ ਗਿਆ ਹੈ ਕਿ ਜਦੋਂ ਜੰਮੂ ਕਸ਼ਮੀਰ ਦੀ ਵੰਡ ਹੋਈ ਤਾਂ ਅੱਧਾ ਜੰਮੂ ਕਸ਼ਮੀਰ ਸਾਡੇ ਇੰਡੀਆ ਕੋਲੇ ਹੈ ਤੇ ਅੱਧਾ ਪਾਕਿਸਤਾਨ ਕੋਲੇ ਹੈ। ਪਰੰਤੂ ਕਈ ਵਾਰ ਕੀ ਹੁੰਦਾ ਹੈ ਕਿ ਜੰਮੂ ਕਸ਼ਮੀਰ ਐਂਡ ਪਾਕਿਸਤਾਨ ਵਿੱਚ ਜਦੋਂ ਇੱਕ ਜੰਮੂ ਕਸ਼ਮੀਰ ਸੋਰੀ ਪਾਕਿਸਤਾਨ ਕੋਲੇ ਹੈ, ਇੱਕ ਇੰਡੀਆ ਕੋਲੇ ਹੈ, ਤਾਂ ਜਿਹੜੀ ਬਾਰਡਰ ਲਾਈਨ ਤੇ ਜਾਂ ਉਹਨਾਂ ਦੀ ਸੀਮਾ ਰੇਖਾ ਤੇ ਕਈ ਵਾਰ ਅਜਿਹੇ ਹਾਲਾਤ ਬਣ ਜਾਂਦੇ ਹਨ ਤਾਂ ਤਤਕਾਲੀਨ ਉੱਥੋਂ ਦੀ ਸਰਕਾਰ ਨੂੰ ਕੀ ਹੈ ਉਸ ਦੇ ਨਿਰਣੇ ਲੈਣੇ ਪੈਂਦੇ ਹਨ। ਇਹ ਹੋ ਨਹੀਂ ਸਕਦਾ ਕਿ ਉਹ ਇੰਡੀਆ ਕੋਲੋਂ ਜਿਹੜੀ ਗੱਲਬਾਤ ਕਰਨ ਅਤੇ ਫਿਰ ਉਸਦੇ ਫੈਸਲੇ ਦਾ ਇੰਤਜ਼ਾਰ ਕਰਨ ਅਤੇ ਫਿਰ ਉਹ ਕੰਮ ਕਰਨ। ਇਸ ਲਈ ਇੱਥੋਂ ਦੀ ਸਟੇਟ ਨੂੰ ਇੱਕ ਖੁਦਮੁਖਤਿਆਰੀ ਦਾ ਦਰਜਾ ਦਿੱਤਾ ਗਿਆ ਹੈ ਕਿ ਉਹ ਤਤਕਾਲੀਨ ਸਮੱਸਿਆਵਾਂ ਅਤੇ ਤਤਕਾਲੀਨ ਜਿਹੜਾ ਜੋ ਵੀ ਹੋ ਰਿਹਾ ਹੈ ਉਸ 'ਤੇ ਆਪਣਾ ਜਿਹੜਾ ਫੈਸਲਾ ਹੈ ਜਿਹੜਾ ਤਤਕਾਲੀਨ ਲੈ ਸਕੇ। ਭਾਰਤੀ ਸ਼ਾਸਨ ਸੰਬੰਧੀ ਸਮਝੌਤਾ ਕੀਤਾ ਗਿਆ ਤਾਂ ਭਾਰਤ ਕੋਲੋਂ ਕੀ ਹੈ ਸਹਾਇਤਾ ਦੀ ਮੰਗ ਕੀਤੀ ਗਈ। ਇਸ ਸਮਝੌਤੇ ਅਧੀਨ 26 ਅਕਤੂਬਰ 1947 ਨੂੰ ਇਹ ਸਮਝੌਤਾ ਹੋਇਆ। ਇਸ ਸਮਝੌਤੇ ਦੁਆਰਾ ਰੱਖਿਆ ਵਿਦੇਸ਼ੀ ਹਮਲੇ ਤੇ ਸੰਚਾਰ ਦੇ ਸਾਰੇ ਅਧਿਕਾਰ ਜਿਹੜੇ ਜੰਮੂ ਕਸ਼ਮੀਰ ਦੀ ਤਰਫ ਨੂੰ ਤੋਂ ਭਾਰਤ ਨੂੰ ਦਿੱਤੇ ਗਏ ਕਿ ਜਦੋਂ ਰਾਜਾ ਹਰੀ ਸਿੰਘ ਅਤੇ ਦੇਸੀ ਰਿਆਸਤਾਂ ਵੱਲੋਂ ਇਹ ਭਾਰਤੀ ਸ਼ਾਸਨ ਸੰਬੰਧੀ ਇਹ ਸਮਝੌਤਾ ਹੋਇਆ ਤਾਂ ਭਾਰਤ ਕੋਲੋਂ ਕੀ ਹੈ ਸਹਾਇਤਾ ਦੀ ਮੰਗ ਕੀਤੀ ਗਈ ਕਿ ਜਦੋਂ ਜੰਮੂ ਕਸ਼ਮੀਰ ਸਟੇਟ ਨੂੰ ਕੀ ਹੈ ਹੋਰ ਰਿਆਸਤਾਂ ਤੋਂ ਅਲੱਗ ਕਰ ਦਿੱਤਾ ਗਿਆ ਅਤੇ ਵਿਸ਼ੇਸ਼ ਦਰਜਾ ਦੇ ਦਿੱਤਾ ਜਾਣ ਦੀ ਗੱਲ ਕੀਤੀ ਗਈ ਤਾਂ ਭਾਰਤ ਕੋਲੋਂ ਇਸ ਦੀ ਸਹਾਇਤਾ ਦੀ ਮੰਗ ਕੀਤੀ ਗਈ। ਇਹ ਸਮਝੌਤਾ 26 ਅਕਤੂਬਰ 1947 ਨੂੰ ਹੋਇਆ ਸੀ। ਇਸ ਸਮਝੌਤੇ ਦੁਆਰਾ ਰੱਖਿਆ ਵਿਦੇਸ਼ ਮੰਤਰੀ ਤੇ ਸੰਚਾਰ ਦੇ ਸਾਰੇ ਅਧਿਕਾਰ ਜੰਮੂ ਕਸ਼ਮੀਰ ਦੀ ਤਰਫ ਤੋਂ ਭਾਰਤ ਨੂੰ ਦਿੱਤੇ ਗਏ ਸੀ। ਨੈਕਸਟ ਪੁਆਇੰਟ ਹੈ ਭਾਰਤ ਸਰਕਾਰ ਦਾ ਜੰਮੂ ਕਸ਼ਮੀਰ ਦੀ ਜੜਤਾ ਨੂੰ ਦਿੱਤਾ ਗਿਆ ਹੌਸਲਾ ਕਿ ਜਦੋਂ ਭਾਰਤੀ ਜੰਮੂ ਕਸ਼ਮੀਰ ਨੂੰ ਇੱਕ ਯਾਨੀ ਕਿ ਬਾਰਡਰ ਏਰੀਆ ਮੰਨਿਆ ਜਾਂਦਾ ਹੈ ਤਾਂ ਕੀ ਹੈ ਅਜਿਹੀ ਸਥਿਤੀ ਨੂੰ ਸੰਭਾਲਣ ਲਈ ਕੀ ਹੈ ਜੰਮੂ ਕਸ਼ਮੀਰ ਦੀ ਜੜਤਾ ਨੂੰ ਇਹ ਉਸਦੀ ਜੜ੍ਹਾਂ ਨੂੰ ਇੱਕ ਮਜ਼ਬੂਤ ਬੇਸ ਦੇਣ ਲਈ ਕਿ ਭਾਰਤ ਵੱਲੋਂ ਹੌਸਲਾ ਦਿੱਤਾ ਗਿਆ। ਠੀਕ ਹੈ, ਭਾਰਤ ਅਲਗਾਵਾਦ ਦੇ ਸਮਝੌਤੇ ਦੇ ਬਾਅਦ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਦੀ ਜਨਤਾ ਨੂੰ ਇਹ ਹੌਸਲਾ ਦਿੱਤਾ ਕਿ ਜੰਮੂ ਕਸ਼ਮੀਰ ਦੇ ਭਾਰਤ ਤੋਂ ਅਲੱਗ ਹੋਣ ਦਾ ਅਕੇਲਾ ਫੈਸਲਾ ਜੰਮੂ ਕਸ਼ਮੀਰ ਦੀ ਸੰਵਿਧਾਨ ਸਭਾ ਵਿੱਚ ਹੋਵੇਗਾ। ਇਸ ਨੂੰ ਹੌਸਲਾ ਦੇਣ ਲਈ ਪਿੱਛੇ ਇਹ ਭੂਮਿਕਾ ਸੀ ਕਿ ਭਾਰਤ ਸੰਘ ਵਿੱਚ ਜੰਮੂ ਕਸ਼ਮੀਰ ਦੇ ਅਲੱਗ ਹੋਣ ਦੀ ਬਹੁਤ ਪਹਿਲਾਂ ਤੋਂ ਉੱਥੋਂ ਦੀ ਜਨਤਾ ਉੱਥੋਂ ਦੇ ਸ਼ਾਸਨ ਵਿਰੁੱਧ ਅੰਦੋਲਨ ਕਰ ਰਹੀ ਸੀ ਤੇ ਅਜਿਹੀ ਸਥਿਤੀ ਵਿੱਚ ਉੱਥੋਂ ਦੀ ਜਨਤਾ ਨੇ ਨੂੰ ਸੰਤੁਸ਼ਟ ਕਰਨਾ ਜ਼ਰੂਰੀ ਸੀ। ਕੀ ਹੋਇਆ ਕਿ ਜਦੋਂ ਭਾਰਤ ਦੇ ਅਲਗਾਵਾਦ ਯਾਨੀ ਕਿ ਅਲੱਗ ਹੋਣ ਦੇ ਸਮਝੌਤੇ ਦੇ ਬਾਅਦ ਭਾਰਤ ਨੇ ਕੀ ਹੈ ਜੰਮੂ ਕਸ਼ਮੀਰ ਦੀ ਜਨਤਾ ਨੂੰ ਇਹ ਹੌਸਲਾ ਦਿੱਤਾ ਕਿ ਉਹ ਜੇਕਰ ਉਹਨਾਂ ਤੋਂ ਅਲੱਗ ਹੋਣਾ ਚਾਹੁੰਦੀ ਹੈ ਜਾਂ ਅਲੱਗ ਰਹਿ ਕੇ ਆਪਣਾ ਕੰਟਰੋਲ ਰੱਖਣਾ ਚਾਹੁੰਦੀ ਹੈ ਤਾਂ ਅਜਿਹੇ ਇਸ ਸੰਬੰਧੀ ਅਖੀਲਾ ਫੈਸਲਾ ਜਿਹੜਾ ਉੱਥੋਂ ਦੀ ਸੰਵਿਧਾਨ ਸਭਾ ਕਰੇਗੀ। ਠੀਕ ਹੈ, ਇਸਨੂੰ ਇਸ ਹੌਸਲੇ ਨੂੰ ਦੇਣ ਲਈ ਦੇ ਪਿੱਛੇ ਇਹ ਭੂਮਿਕਾ ਸੀ ਕਿ ਭਾਰਤੀ ਸੰਘ ਵਿੱਚ ਕੀ ਹੈ ਜੰਮੂ ਕਸ਼ਮੀਰ ਦੇ ਅਲੱਗ ਹੋਣ ਤੋਂ ਬਹੁਤ ਪਹਿਲਾਂ ਤੋਂ ਜਨਤਾ ਜਿਹੜੀ ਉੱਥੇ ਦੀ ਅੰਦੋਲਨ ਕਰ ਰਹੀ ਸੀ ਅਤੇ ਇਸ ਪ੍ਰਕਾਰ ਉੱਥੋਂ ਦੀ ਜਨਤਾ ਨੂੰ ਸੰਤੁਸ਼ਟ ਕਰਨਾ ਜ਼ਰੂਰੀ ਸੀ। ਠੀਕ ਹੈ, ਤੋ ਇਸ ਪ੍ਰਕਾਰ ਕੀ ਹੈ ਨੈਕਸਟ ਪੁਆਇੰਟ ਹੈ ਜੰਮੂ ਕਸ਼ਮੀਰ ਸੰਵਿਧਾਨ ਸਭਾ ਦੁਆਰਾ ਅਲੱਗ ਹੋਣ ਦੀ ਪੁਸ਼ਟੀ। ਜੰਮੂ ਕਸ਼ਮੀਰ ਦੇ ਅਲੱਗ ਹੋਣ ਦੇ ਸਮਝੌਤੇ ਦੇ ਬਾਅਦ ਜੰਮੂ ਕਸ਼ਮੀਰ ਰਾਜ ਵਿੱਚ ਸ਼ੇਖ ਅਬਦੁੱਲਾ ਨੇ ਨੇਤਾਵਾਂ ਵਿੱਚ ਇੱਕ ਲੋਕਪ੍ਰਿਯਤਾ ਸਰਕਾਰ ਦਾ ਗ੍ਰਹਿਣ ਹੋਇਆ। ਇਸ ਨੇ ਸੰਵਿਧਾਨ ਸਭਾ ਦੇ ਵਿੱਚ ਇਸ ਸਮਝੌਤੇ ਦੀ ਪੁਸ਼ਟੀ ਕਰਵਾਈ ਕਿ ਸੰਵਿਧਾਨ ਸਭਾ ਨੇ 1951 ਵਿੱਚ ਮਹਾਰਾਜਾ ਹਰੀ ਸਿੰਘ ਦੇ ਪੁੱਤਰ ਕ੍ਰੁਤ ਸਿੰਘ ਨੂੰ ਗਵਰਨਰ ਨਿਯੁਕਤ ਕੀਤਾ।
ਕੀ ਹੈ ਕਿ ਜਦੋਂ ਜੰਮੂ ਕਸ਼ਮੀਰ ਸਟੇਟ ਅਲੱਗ ਹੋਣ ਦੇ ਸਮਝੌਤੇ ਦੇ ਬਾਅਦ ਕੀ ਹੋਇਆ ਕਿ ਜੰਮੂ ਕਸ਼ਮੀਰ ਦੇ ਵਿੱਚ ਕੀ ਹੈ ਸ਼ੇਖ ਅਬਦੁੱਲਾ ਨਾਂ ਦੇ ਨੇਤਾਵਾਂ ਨੇ ਕੀ ਹੈ ਇੱਕ ਉਹਨਾਂ ਦੇ ਸਰਕਾਰ ਦੀ ਲੋਕਪ੍ਰਿਯਤਾ ਇੰਨੀ ਵਧੀ ਕਿ ਇਸ ਸਮਝੌਤੇ ਦੀ ਪੁਸ਼ਟੀ ਗ੍ਰਹਿਣ ਦੁਆਰਾ ਕੀ ਹੈ ਇਸ ਸਮਝੌਤੇ ਦੀ ਪੁਸ਼ਟੀ ਕਰਵਾਈ ਗਈ ਕਿ 1951 ਵਿੱਚ ਰਾਜਾ ਹਰੀ ਸਿੰਘ ਦੇ ਪੁੱਤਰ ਕੌਣ ਸੀਗੇ ਕ੍ਰੁਤ ਸਿੰਘ ਤਾਂ ਉਹਨਾਂ ਨੂੰ ਗਵਰਨਰ ਨਿਯੁਕਤ ਕੀਤਾ ਗਿਆ ਸੀ ਠੀਕ ਹੈ ਤੇ ਫਿਫਥ ਪੁਆਇੰਟ ਹੈ ਸਾਡਾ ਜੰਮੂ ਕਸ਼ਮੀਰ ਰਾਜ ਦੇ ਸੰਵਿਧਾਨ ਦਾ ਨਿਰਮਾਣ ਜੰਮੂ ਕਸ਼ਮੀਰ ਰਾਜ ਦਾ ਸੰਵਿਧਾਨ ਸਭਾ ਨੇ ਜੋ ਸੰਵਿਧਾਨ ਬਣਾਇਆ ਉਸ ਵਿੱਚ 13 ਖੰਡ 138 ਅਨੁਛੇਦ ਅਤੇ 6 ਅਨੁਸੂਚੀਆਂ ਹਨ ਇਸ ਦੇ ਭਾਗ 2 ਖੰਡ 3 ਦੇ ਅਨੁਸਾਰ ਜੰਮੂ ਕਸ਼ਮੀਰ ਰਾਜ ਭਾਰਤੀ ਸੰਘ ਦਾ ਇੱਕ ਅਖੰਡ ਭਾਗ ਰਹੇਗਾ ਕੀ ਹੈ ਕਿ ਜਦੋਂ ਹੁਣ ਜੰਮੂ ਕਸ਼ਮੀਰ ਦੇ ਅਲੱਗ ਹੋ ਗਿਆ ਸੀ ਤਾਂ ਕੀ ਹੈ ਜੰਮੂ ਕਸ਼ਮੀਰ ਰਾਜ ਦੇ ਸੰਵਿਧਾਨ ਦਾ ਨਿਰਮਾਣ ਕੀਤੇ ਜਾਣ ਦੀ ਗੱਲ ਕੀਤੀ ਭਾਰਤੀ ਸੰਘ ਦੁਆਰਾ ਜਦੋਂ ਜੰਮੂ ਕਸ਼ਮੀਰ ਸਟੇਟ ਨੂੰ ਅਲੱਗ ਕਰ ਦਿੱਤਾ ਗਿਆ ਤਾਂ ਉਸਦਾ ਇੱਕ ਅਲੱਗ ਸੰਵਿਧਾਨ ਬਣਾਇਆ ਗਿਆ ਇਸ ਵਿੱਚ ਕੀ ਹੈ 13 ਖੰਡ ਬਣਾਏ ਗਏ 138 ਅਨੁਛੇਦ ਬਣਾਏ ਗਏ 6 ਅਨੁਸੂਚੀਆਂ ਬਣਾਈਆਂ ਗਈਆਂ ਇਸ ਦੇ ਭਾਗ 2 ਵਿੱਚ ਭਾਗ 2 ਖੰਡ 3 ਦੇ ਅਨੁਸਾਰ ਕੀ ਹੈ ਕਿ ਜੰਮੂ ਕਸ਼ਮੀਰ ਸਟੇਟ ਹੈ ਜਿਹੜਾ ਭਾਰਤ ਦਾ ਇੱਕ ਅਖੰਡ ਭਾਵੇਂ ਵੱਖ ਹੋ ਗਿਆ ਹੈ ਪਰੰਤੂ ਉਸਦਾ ਇੱਕ ਮੇਨ ਪਾਰਟ ਦੇ ਰੂਪ ਵਿੱਚ ਵਿਸ਼ੇਸ਼ ਦਰਜੇ ਦੇ ਰੂਪ ਵਿੱਚ ਜਿਹੜਾ ਕਿਸੇ ਤਰ੍ਹਾਂ ਦਾ ਸੰਸ਼ੋਧਨ ਨਹੀਂ ਹੋ ਸਕਦਾ ਨੈਕਸਟ ਹੈ ਜੰਮੂ ਕਸ਼ਮੀਰ ਰਾਜ ਦੇ ਸੰਵਿਧਾਨ ਦੇ ਮਹੱਤਵਪੂਰਨ ਪ੍ਰਬੰਧ ਕਿ ਜੰਮੂ ਕਸ਼ਮੀਰ ਜਦੋਂ ਕੌਨਸਟੀਟਿਊਸ਼ਨ ਬਣਿਆ ਤਾਂ ਉਸ ਵਿੱਚ ਕਿਹੜੇ ਕਿਹੜੇ ਪ੍ਰਬੰਧ ਕੀਤੇ ਗਏ ਆਓ ਹੁਣ ਉਹਨਾਂ ਬਾਰੇ ਪੜ੍ਹਦੇ ਹਾਂ ਸਭ ਤੋਂ ਪਹਿਲਾ ਹੈ ਜੰਮੂ ਕਸ਼ਮੀਰ ਦੇ ਵਿਅਕਤੀ ਭਾਰਤ ਦੇ ਨਾਗਰਿਕ ਹਨ ਜੰਮੂ ਕਸ਼ਮੀਰ ਰਾਜ ਦਾ ਹਰੇਕ ਵਿਅਕਤੀ ਭਾਰਤ ਦਾ ਨਾਗਰਿਕ ਹੈ ਕਿਉਂਕਿ ਕੋਈ ਵੀ ਵਿਅਕਤੀ ਜੋ 14 ਮਈ 1994 ਤੋਂ ਪਹਿਲਾਂ ਉਸ ਰਾਜ ਦੀ ਵਰਗ ਜਾਂ ਸੀ ਤੇ March 1947 ਤੋਂ ਬਾਅਦ ਉਸ ਰਾਜ ਖੇਤਰ ਵਿੱਚ ਹੈ ਜੋ ਹੁਣ ਪਾਕਿਸਤਾਨ ਦੇ ਕਬਜ਼ੇ ਵਿੱਚ ਹੈ ਕਬਜ਼ਾ ਕਰਨ ਦੇ ਬਾਅਦ ਜੰਮੂ ਕਸ਼ਮੀਰ ਰਾਜ ਵਿੱਚ ਸਥਾਈ ਵਾਪਸ ਆਉਣ ਦੀ ਆਗਿਆ ਪ੍ਰਾਪਤ ਕਰਕੇ ਵਾਪਸ ਆਉਂਦਾ ਹੈ ਭਾਵ ਕਿ ਜਦੋਂ ਜੰਮੂ ਕਸ਼ਮੀਰ ਦਾ ਹਰੇਕ ਵਿਅਕਤੀ ਹੈ ਜਿਹੜਾ ਉਹ ਭਾਰਤ ਦਾ ਨਾਗਰਿਕ ਹੈ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਜੇਕਰ 14 ਮਈ 1954 ਤੋਂ ਪਹਿਲਾਂ ਉਸ ਰਾਜ ਦੀ ਵਰਗ ਚ ਪ੍ਰਥਾ ਸੀਗੀ ਉਸ ਅਕੋਰਡਿੰਗ ਜਿਹੜਾ March 1947 ਦੇ ਬਾਅਦ ਤੱਕ ਜਿਹੜਾ ਉਸ ਰਾਜ ਖੇਤਰ ਵਿੱਚ ਰਹਿੰਦਾ ਹੈ ਅਤੇ ਮੰਨ ਲਓ ਪਾਕਿਸਤਾਨ ਵਿੱਚ ਉਹ ਚਲਾ ਜਾਂਦਾ ਹੈ ਤਾਂ ਵਾਪਸ ਆਉਣ ਦੀ ਆਗਿਆ ਪ੍ਰਾਪਤ ਕਰਕੇ ਜੇਕਰ ਵਾਪਸ ਆਉਂਦਾ ਹੈ ਤਾਂ ਉਹ ਭਾਰਤ ਦਾ ਨਾਗਰਿਕ ਹੋਣ ਦੇ ਕਾਬਿਲ ਹੈ ਜੰਮੂ ਕਸ਼ਮੀਰ ਰਾਜ ਦਾ ਰਾਜ ਨੈਕਸਟ ਹੈ ਜੰਮੂ ਕਸ਼ਮੀਰ ਰਾਜ ਦਾ ਰਾਜਪਾਲ ਰਾਜ ਦੀ ਰਾਜਪਾਲਿਕਾ ਦਾ ਮੁਖੀ ਰਾਜਪਾਲ ਹੁੰਦਾ ਹੈ ਇਸ ਦੀ ਨਿਯੁਕਤੀ ਭਾਰਤ ਦੇ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਰਾਜਪਾਲ ਦੀ ਨਿਯੁਕਤੀ ਹੈ ਜਿਹੜੀ ਰਾਸ਼ਟਰਪਤੀ ਦੇ ਦੁਆਰਾ ਕੀਤੀ ਜਾਂਦੀ ਹੈ ਇਸੇ ਪ੍ਰਕਾਰ ਜੰਮੂ ਕਸ਼ਮੀਰ ਦਾ ਮੁਖੀ ਹੈ ਜਿਹੜਾ ਰਾਜਪਾਲ ਹੈ ਤੇ ਉਸਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਜੰਮੂ ਕਸ਼ਮੀਰ ਰਾਜ ਦੇ ਕਾਰਜਪਾਲਿਕਾ ਦੇ ਪ੍ਰਧਾਨ ਨੂੰ ਮਹਿਲਾ ਸਟਰ ਦੇ ਰਿਆਸਤ ਕਿਹਾ ਜਾਂਦਾ ਹੈ ਉਸ ਰਾਜ ਦੇ ਵਿਕਾਸ ਸਭਾ ਦੁਆਰਾ ਚੋਣ ਹੁੰਦੀ ਹੈ ਪਰੰਤੂ ਹੁਣ ਇਸ ਵਿਵਸਥਾ ਨੂੰ ਹਟਾ ਦਿੱਤਾ ਗਿਆ ਹੈ ਇਸ ਨੂੰ ਜੰਮੂ ਕਸ਼ਮੀਰ ਸੰਵਿਧਾਨ ਸੰਸ਼ੋਧਨ ਅਧਿਨਿਯਮ 19 ਦੇ ਦੁਆਰਾ ਹਟਾਇਆ ਗਿਆ ਹੈ ਇਸ ਦੇ ਨਤੀਜੇ ਵਜੋਂ ਹੁਣ ਸਟਰ ਦੇ ਰਿਆਸਤ ਦੇ ਸਥਾਨ ਤੇ ਰਾਜਪਾਲ ਦਾ ਨਾਮ ਹੋ ਗਿਆ ਹੈ ਭਾਵ ਕਿ ਜਦੋਂ ਜੰਮੂ ਕਸ਼ਮੀਰ ਸਟਾਰਟਿੰਗ ਵਿੱਚ ਕੀ ਸੀ ਜੰਮੂ ਕਸ਼ਮੀਰ ਦੀ ਕਾਰਜਪਾਲਿਕਾ ਦਾ ਮੁਖੀ ਰਾਜਪਾਲ ਨਹੀਂ ਹੁੰਦਾ ਸੀ ਕੌਣ ਹੁੰਦਾ ਸੀ ਸਟਰ ਦੀ ਰਿਆਸਤ ਹੈ ਜਿਹੜਾ ਉਹਦਾ ਮੁਖੀ ਹੈ ਜਿਹੜਾ ਉਹ ਜੰਮੂ ਕਸ਼ਮੀਰ ਦਾ ਮੁਖੀ ਹੁੰਦਾ ਸੀ ਪਰੰਤੂ ਅਧਿਨਿਯਮ 19 ਦੇ ਅਕੋਰਡਿੰਗ ਕੀ ਹੈ ਇਸ ਨੂੰ ਹਟਾ ਦਿੱਤਾ ਗਿਆ ਹੈ ਕੌਨਸਟੀਟਿਊਸ਼ਨ ਅਮੈਂਡਮੈਂਟ ਕਰ ਦਿੱਤੀ ਗਈ ਹੈ ਜਿਸ ਦੇ ਅਕੋਰਡਿੰਗ ਹੁਣ ਸਟਰ ਦੇ ਰਿਆਸਤ ਦੇ ਸਥਾਨ ਤੇ ਰਾਜਪਾਲ ਦੀ ਨਿਯੁਕਤੀ ਹੈ ਜਿਹੜੀ ਕੀਤੀ ਜਾਂਦੀ ਹੈ ਜਿਸ ਦੀ ਨਿਯੁਕਤੀ ਕੌਣ ਕਰਦਾ ਹੈ ਰਾਸ਼ਟਰਪਤੀ ਕਰਦਾ ਹੈ ਨੈਕਸਟ ਹੈ ਰਾਜ ਦਾ ਉੱਚ ਨਿਆਂਪਾਲਿਕਾ ਰਾਜ ਦੀ ਉੱਚ ਨਿਆਂਪਾਲਿਕਾ ਦੇ ਅਕੋਰਡਿੰਗ
ਕੀ ਹੈ ਕਿ ਜੰਮੂ ਕਸ਼ਮੀਰ ਦੀ ਉੱਚ ਨਿਆਂਪਾਲਿਕਾ ਵਿੱਚ ਕੀ ਹੈ ਇੱਕ ਮੁੱਖ ਜੱਜ ਹੁੰਦਾ ਹੈ ਦੋ ਅਧਿਕ ਹੋਰ ਜੱਜ ਹੋਣਗੇ ਉੱਚ ਨਿਆਂਪਾਲਿਕਾ ਦੀ ਮੁੱਖ ਜੱਜ ਤੇ ਜੰਮੂ ਕਸ਼ਮੀਰ ਦੇ ਰਾਜਪਾਲ ਦੀ ਸਲਾਹ ਭਾਰਤ ਦੇ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤੀ ਜਾਂਦੀ ਹੈ ਠੀਕ ਹੈ ਭਾਵ ਕਿ ਜਦੋਂ ਜੰਮੂ ਕਸ਼ਮੀਰ ਦੀ ਉੱਚ ਨਿਆਂਪਾਲਿਕਾ ਵਿੱਚ ਕੀ ਇੱਕ ਮੁੱਖ ਜੱਜ ਹੁੰਦਾ ਹੈ ਦੋ ਹੋਰ ਜੱਜ ਹੁੰਦੇ ਹਨ ਇਸ ਤਰ੍ਹਾਂ ਕੀ ਹੈ ਤੇ ਹਾਈ ਕੋਰਟ ਵਿੱਚ ਕੀ ਹੁੰਦਾ ਹੈ ਇੱਕ ਮੁੱਖ ਜੱਜ ਪਲੱਸ ਜੰਮੂ ਕਸ਼ਮੀਰ ਰਾਜ ਦੇ ਰਾਜਪਾਲ ਦੀ ਸਲਾਹ ਨਾਲ ਜਿੰਨੇ ਵੀ ਜੱਜਾਂ ਦੀ ਨਿਯੁਕਤੀ ਹੈ ਜਿਹੜੀ ਕੀਤੀ ਜਾਂਦੀ ਹੈ ਉਹ ਰਾਸ਼ਟਰਪਤੀ ਦੀ ਦੁਆਰਾ ਨਿਯੁਕਤ ਕੀਤੀ ਜਾਂਦੀ ਹੈ ਤੇ ਕੀਤੀ ਸਲਾਹ ਦੇ ਰਾਜਪਾਲ ਦੀ ਸਲਾਹ ਦੇ ਮੁੱਖ ਜੱਜ ਦੀ ਸਲਾਹ ਲਈ ਵੀ ਕੀਤੀ ਜਾ ਸਕਦੀ ਹੈ ਕਿ ਜਦੋਂ ਹੋਰ ਜੱਜਾਂ ਦੀ ਨਿਯੁਕਤੀ ਹੈ ਜਿਹੜੀ ਕੀਤੀ ਜਾਵੇ ਉਦੋਂ ਮੁੱਖ ਜੱਜ ਦੀ ਸਲਾਹ ਵੀ ਲਈ ਜਾ ਸਕਦੀ ਹੈ ਫੋਰਥ ਪੁਆਇੰਟ ਹੈ ਰਾਜ ਦਾ ਲੋਕ ਸੇਵਾ ਆਯੋਗ ਜੰਮੂ ਕਸ਼ਮੀਰ ਰਾਜ ਦੇ ਲਈ ਇੱਕ ਲੋਕ ਸੇਵਾ ਆਯੋਗ ਦੀ ਵਿਵਸਥਾ ਹੈ ਜਿਹੜੀ ਕੀਤੀ ਗਈ ਹੈ ਆਯੋਗ ਦੇ ਮੈਂਬਰਾਂ ਤੇ ਉਸਦੇ ਮੁਖੀ ਦੀ ਨਿਯੁਕਤੀ ਜਿਹੜੀ ਰਾਜਪਾਲ ਦੁਆਰਾ ਕੀਤੀ ਜਾਂਦੀ ਹੈ ਫਿਫਥ ਪੁਆਇੰਟ ਹੈ ਰਾਜ ਦੀ ਸਿਵਲ ਸੇਵਾ ਕਿ ਸਿਵਲ ਸਰਵਿਸਿਸ ਬਾਰੇ ਜਾਣਦੇ ਹਾਂ ਕਿ ਜੰਮੂ ਕਸ਼ਮੀਰ ਵਿੱਚ ਰਾਜ ਵਿੱਚ ਸਿਵਲ ਸਰਵਿਸਿਸ ਦੀ ਜਿਹੜੀ ਸੇਵਾ ਹੈ ਉਹ ਵੀ ਉਪਲਬਧ ਕਰਾਈ ਗਈ ਹੈ ਅਤੇ ਦਾ ਪਦ ਧਾਰਨ ਕਰਨ ਵਾਲਾ ਹਰੇਕ ਵਿਅਕਤੀ ਆਪਣਾ ਪਦ ਰਾਜਪਾਲ ਦੇ ਪ੍ਰਸਾਦ ਯਤਨ ਪਦ ਧਾਰਨ ਕਰੇਗਾ ਕਿ ਰਾਜਪਾਲ ਦੀ ਇੱਛਾ ਤੱਕ ਹੀ ਇਹ ਜਿਹੜਾ ਸਿਵਲ ਸਰਵਿਸਿਸ ਵਿੱਚ ਰਹਿ ਸਕਦਾ ਹੈ ਠੀਕ ਹੈ ਜਦ ਤੱਕ ਰਾਜਪਾਲ ਚਾਹੇਗਾ ਉਦੋਂ ਤੱਕ ਉਹ ਆਪਣੇ ਪਦ ਤੇ ਰਹਿ ਸਕਦਾ ਹੈ ਸਿਕਸਥ ਪੁਆਇੰਟ ਹੈ ਰਾਜ ਦੀ ਰਾਜ ਭਾਸ਼ਾ ਜੰਮੂ ਕਸ਼ਮੀਰ ਰਾਜ ਦੇ ਸੰਵਿਧਾਨ ਦੀ ਧਾਰਾ 145 ਦੇ ਅਨੁਸਾਰ ਉਸਨੂੰ ਉਸਦੀ ਰਾਜ ਭਾਸ਼ਾ ਹੈ ਜਿਹੜੀ ਉਹ ਉਰਦੂ ਹੋਵੇਗੀ ਪਰੰਤੂ ਜਦੋਂ ਤੱਕ ਰਾਜ ਦਾ ਵਿਧਾਨ ਮੰਡਲ ਵਿਧੀ ਦੁਆਰਾ ਨਹੀਂ ਤਾਂ ਉਪਬੰਧ ਨਾ ਕਰੇ ਤਾਂ ਰਾਜ ਦੀ ਪ੍ਰਸ਼ਾਸਕੀ ਦੇ ਲਈ ਜਿਹੜਾ ਅੰਗਰੇਜ਼ੀ ਦਾ ਪ੍ਰਯੋਗ ਕਰਦਾ ਰਹੇਗਾ ਭਾਵ ਕਿ ਜਦੋਂ ਤੱਕ ਜੰਮੂ ਕਸ਼ਮੀਰ ਸਟੇਟ ਦੀ ਜਿਹੜੀ ਉਹ ਭਾਸ਼ਾ ਜਿਹੜੀ ਉਹ ਕੀ ਹੋਵੇਗੀ ਉਰਦੂ ਹੋਵੇਗੀ ਅਤੇ ਜਦੋਂ ਤੱਕ ਉਪਬੰਧ ਨਹੀਂ ਬਣਾਉਂਦਾ ਉਦੋਂ ਤੱਕ ਪ੍ਰਸ਼ਾਸਕੀ ਭਾਸ਼ਾ ਕਿਹੜੀ ਹੋਵੇਗੀ ਅੰਗਰੇਜ਼ੀ ਹੋਵੇਗੀ ਠੀਕ ਹੈ ਰਾਜ ਵਿੱਚ ਕਾਨੂੰਨ ਨਿਰਮਾਣ ਪ੍ਰਕਿਰਿਆ ਕਿ ਰਾਜ ਵਿੱਚ ਕਾਨੂੰਨ ਨਿਰਮਾਣ ਪ੍ਰਕਿਰਿਆ ਦੀ ਗੱਲ ਕਰੀਏ ਕਾਨੂੰਨ ਨਿਰਮਾਣ ਪ੍ਰਕਿਰਿਆ ਕਿਸ ਪ੍ਰਕਾਰ ਦੀ ਹੋਵੇਗੀ ਕਿ ਸੰਵਿਧਾਨ ਵਿੱਚ ਇੱਕ ਸੰਸ਼ੋਧਨ ਹੈ ਜਿਹੜਾ ਉਹ ਵਿਧਾਨ ਸਭਾ ਦੁਆਰਾ ਸਥਾਪਿਤ ਕੀਤਾ ਜਾਵੇਗਾ ਉਸਨੂੰ ਹਰੇਕ ਸਤਰ ਦੁਆਰਾ ਉਸ ਸਦਨ ਦੇ ਕੋਲ ਸੋਰੀ ਕੁੱਲ ਮੈਂਬਰਾਂ ਦੀ ਸੰਖਿਆ ਦੇ ਦੋ ਤਿਹਾਈ ਬਹੁਮਤ ਨਾਲ ਲਾਗੂ ਕੀਤਾ ਜਾ ਸਕਦਾ ਹੈ ਭਾਵ ਕਿ ਟੋਟਲ ਗਿਣਤੀ ਜਿੰਨੀ ਹੋਵੇਗੀ ਉਸਦੇ ਦੋ ਤਿਹਾਈ ਬਹੁਮਤ ਰਾਹੀਂ ਹੈ ਜਿਹੜੀ ਕੰਸਟੀਟਿਊਸ਼ਨ ਵਿੱਚ ਜਿਹੜਾ ਕਾਨੂੰਨ ਨਿਰਮਾਣ ਕੀਤਾ ਜਾ ਸਕਦਾ ਹੈ ਏਟ ਪੁਆਇੰਟ ਹੈ ਜੰਮੂ ਕਸ਼ਮੀਰ ਰਾਜ ਦਾ ਵਿਧਾਨ ਮੰਡਲ ਜੰਮੂ ਕਸ਼ਮੀਰ ਰਾਜ ਦੇ ਵਿਧਾਨ ਮੰਡਲ ਹੈ ਜਿਹੜਾ ਉਹ ਹੋਰ ਰਾਜਾਂ ਦੀ ਤਰ੍ਹਾਂ ਰਾਜਪਾਲ ਅਤੇ ਦੋਹਾਂ ਸਦਨਾਂ ਦੁਆਰਾ ਮਿਲ ਕੇ ਕੀਤਾ ਜਾਂਦਾ ਹੈ ਜਿਸ ਨੂੰ ਵਿਧਾਨ ਮੰਡਲ ਤੇ ਵਿਧਾਨ ਪਰਿਸ਼ਦ ਕਿਹਾ ਜਾਂਦਾ ਹੈ 100 ਮੈਂਬਰ ਹੋਣਗੇ ਜੋ ਵਿਭਿੰਨ ਚੋਣ ਖੇਤਰਾਂ ਤੋਂ ਪ੍ਰਤੱਖ ਚੋਣ ਦੁਆਰਾ ਚੁਣੇ ਜਾਣਗੇ ਅਤੇ ਦੋ ਇਹ ਕੀ ਹੈ ਲੇਡੀਜ਼ ਦਾ ਵੀ ਨਾਮ ਹੈ ਜਿਹੜਾ ਰਾਜਪਾਲ ਦੁਆਰਾ ਦਿੱਤਾ ਜਾਵੇਗਾ ਠੀਕ ਹੈ ਵਿਧਾਨ ਸਭਾ ਵਿੱਚ 24 ਸਥਾਨ ਅਜਿਹੇ ਹੋਣਗੇ ਜਿਹੜੇ ਕਿ ਅਜਿਹੇ ਮੈਂਬਰ ਜਾਂ ਅਜਿਹੇ ਖੇਤਰਾਂ ਦੁਆਰਾ ਭਰੇ ਜਾਣਗੇ ਜਿਹੜੇ ਕਿ ਪਾਕਿਸਤਾਨ ਦੇ ਕਬਜ਼ੇ ਵਿੱਚ ਆਉਂਦੇ ਹਨ ਹੁਣ ਨੈਕਸਟ ਅਸੀਂ ਭਾਰਤ ਦੇ ਸੰਵਿਧਾਨ ਦਾ ਅਨੁਛੇਦ 370 ਤੇ ਜੰਮੂ ਕਸ਼ਮੀਰ ਰਾਜ ਨੂੰ ਵਿਸ਼ੇਸ਼ ਦਰਜੇ ਬਾਰੇ ਪੜ੍ਹਾਂਗੇ ਭਾਰਤ ਦੇ ਸੰਵਿਧਾਨ ਦਾ ਅਨੁਛੇਦ 370 ਜੰਮੂ ਕਸ਼ਮੀਰ ਰਾਜ ਦੇ ਲਈ ਵਿਸ਼ੇਸ਼ ਦਰਜਾ ਪ੍ਰਦਾਨ ਕਰਦਾ ਹੈ ਇਸ ਵਿਸ਼ੇਸ਼ ਦਰਜੇ ਦੀ ਵਿਸ਼ੇਸ਼ਤਾ ਇਹ ਹੈ ਕਿ ਰੱਖਿਆ ਵਿਦੇਸ਼ ਮਾਮਲੇ ਤੇ ਸੰਚਾਰ ਵਿਵਸਥਾ ਦੇ ਇਲਾਵਾ ਭਾਰਤ ਦੀ ਸੰਸਦ ਨੂੰ ਜੰਮੂ ਕਸ਼ਮੀਰ ਰਾਜ ਦੇ ਮਾਮਲੇ ਵਿੱਚ ਸੰਘ ਸੂਚੀ ਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾਉਣ ਦੇ ਲਈ ਸੰਬੰਧਿਤ ਵਿਸ਼ੇ ਉੱਤੇ ਕਾਨੂੰਨ ਬਣਾਉਣ ਦੇ ਲਈ ਸੰਬੰਧਿਤ ਵਿਸ਼ੇ ਉੱਤੇ ਜੰਮੂ ਕਸ਼ਮੀਰ ਦੇ ਰਾਜ ਦੀ ਸਰਕਾਰ ਦੀ ਸਵੀਕ੍ਰਿਤੀ ਲੈਣੀ ਪਵੇਗੀ
ਭਾਵ ਕਿ ਜਿਹੜਾ 370 ਦਾ ਅਨੁਛੇਦ ਹੈ ਉਸ ਵਿੱਚ ਕੀ ਹੈ ਰਾਜ ਜਿਹੜਾ ਕਿਸੇ ਵਿਸ਼ੇਸ਼ ਦਰਜਾ ਪ੍ਰਾਪਤ ਹੈ ਠੀਕ ਹੈ ਜਿਸ ਅਧੀਨ ਕੀ ਹੈ ਇਸ ਵਿਸ਼ੇਸ਼ ਦਰਜੇ ਦੇ ਕਾਰਨ ਰੱਖਿਆ ਵਿਦੇਸ਼ ਮਾਮਲੇ ਵਿੱਚ ਜਾਂ ਸੰਚਾਰ ਵਿਵਸਥਾ ਵਿੱਚ ਕੀ ਹੈ ਭਾਰਤੀ ਸੰਸਦ ਨੂੰ ਜੰਮੂ ਕਸ਼ਮੀਰ ਵਿੱਚ ਜੰਮੂ ਕਸ਼ਮੀਰ ਤੋਂ ਕੀ ਹੈ ਸੰਸਦ ਸੰਘ ਸੂਚੀ ਤੇ ਰਾਜ ਸੂਚੀ ਦੇ ਵਿਸ਼ੇ ਵਿੱਚ ਸੌਰੀ ਸਮਵਰਤੀ ਸੂਚੀ ਦੇ ਵਿਸ਼ੇ ਵਿੱਚ ਜੋ ਵੀ ਕਾਨੂੰਨ ਬਣਾਉਣ ਸੰਬੰਧੀ ਵਿਵਸਥਾ ਕਰੇਗਾ ਤਾਂ ਉਸ ਵਿੱਚ ਕੀ ਹੈ ਜੰਮੂ ਕਸ਼ਮੀਰ ਰਾਜ ਦੀ ਸਲਾਹ ਦੀ ਸਵੀਕ੍ਰਿਤੀ ਲੈਣੀ ਪਵੇਗੀ ਜਦੋਂ ਕਿ ਇਸ ਦੇ ਇਲਾਵਾ ਭਾਰਤ ਸੰਘ ਦੇ ਹਰੇਕ ਰਾਜਾਂ ਦੇ ਮਾਮਲੇ ਵਿੱਚ ਇਸ ਪ੍ਰਕਾਰ ਦੀ ਸਵੀਕ੍ਰਿਤੀ ਦੀ ਜ਼ਰੂਰਤ ਨਹੀਂ ਹੈ ਕਿ ਭਾਵ ਕਿ ਕੋਈ ਵੀ ਕਾਨੂੰਨ ਦਾ ਵਿਸ਼ਾ ਬਣਾਉਣਾ ਹੈ ਕੋਈ ਵੀ ਸੰਚਾਰ ਦਾ ਵਿਵਸਥਾ ਬਣਾਉਣਾ ਹੈ ਜਾਂ ਵਿਦੇਸ਼ੀ ਮਾਮਲੇ ਸੰਬੰਧੀ ਵਿਵਸਥਾ ਬਣਾਉਣਾ ਰੱਖਿਆ ਸੰਬੰਧੀ ਵਿਵਸਥਾ ਬਣਾਉਣੀ ਹੈ ਤਾਂ ਸੰਘ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਵਿੱਚ ਅਜਿਹੇ ਜੇਕਰ ਵਿਸ਼ੇ ਆਉਂਦੇ ਹੈ ਤਾਂ ਉਹਨਾਂ ਵਿਸ਼ਿਆਂ ਨੂੰ ਬਣਾਉਣ ਤੇ ਜਿਹੜੇ ਜੰਮੂ ਕਸ਼ਮੀਰ ਦੀ ਸਵੀਕ੍ਰਿਤੀ ਲੈਣੀ ਪਵੇਗੀ ਪਰੰਤੂ ਦੂਸਰੀ ਸਟੇਟ ਦੀ ਸਵੀਕ੍ਰਿਤੀ ਲੈਣੀ ਹੈ ਜਿਹੜੀ ਉਹ ਕੰਪਲਸ਼ਨ ਨਹੀਂ ਹੈ ਨੈਕਸਟ ਹੈ ਜੰਮੂ ਕਸ਼ਮੀਰ ਰਾਜ ਦੇ ਸੰਘ ਵਿੱਚ ਸੰਵਿਧਾਨਿਕ ਸਥਿਤੀ ਤੇ ਵਿਸ਼ੇਸ਼ ਲੱਛਣ ਭਾਰਤ ਦੇ ਸੰਵਿਧਾਨ ਦੇ ਮਸ਼ਹੂਰ ਲੇਖਕ ਡੀਡੀ ਬਾਸੂ ਨੇ ਆਪਣੀ ਪੁਸਤਕ ਭਾਰਤ ਦਾ ਸੰਵਿਧਾਨ ਵਿੱਤ ਜੰਮੂ ਕਸ਼ਮੀਰ ਰਾਜ ਦੇ ਰਾਜ ਸੰਘ ਵਿੱਚੋਂ ਉਸ ਦੀ ਸੰਵਿਧਾਨਿਕ ਸਥਿਤੀ ਦੇ ਬਾਰੇ ਵਿਸ਼ੇਸ਼ ਲੱਛਣਾਂ ਬਾਰੇ ਦੱਸਿਆ ਹੈ ਜੋ ਕਿ ਇਸ ਪ੍ਰਕਾਰ ਹੈ ਜੰਮੂ ਕਸ਼ਮੀਰ ਦੇ ਰਾਜ ਦੇ ਫੀਚਰ ਬਾਰੇ ਅੱਗੇ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਰਾਜ ਦਾ ਇੱਕ ਆਪਣਾ ਅਲੱਗ ਸੰਵਿਧਾਨ ਹੋਵੇਗਾ ਤੁਹਾਨੂੰ ਪਤਾ ਹੀ ਹੋਵੇਗਾ ਜੰਮੂ ਕਸ਼ਮੀਰ ਰਾਜ ਦਾ ਆਪਣਾ ਇੱਕ ਸੰਵਿਧਾਨ ਹੈ ਜਿਸ ਵਿੱਚ ਭਾਰਤ ਦੇ ਸੰਘ ਵਿੱਚ ਜੰਮੂ ਕਸ਼ਮੀਰ ਰਾਜ ਹੀ ਅਜਿਹਾ ਇੱਕ ਰਾਜ ਹੈ ਜਿਸਦਾ ਆਪਣਾ ਇੱਕ ਅਲੱਗ ਸੰਵਿਧਾਨ ਹੈ ਠੀਕ ਹੈ ਸੰਵਿਧਾਨ ਦੇ ਭਾਗ ਚਾਰ ਦੀਆਂ ਵਿਵਸਥਾ ਜਿਹੜੀਆਂ ਉਹ ਇਸ ਤੇ ਲਾਗੂ ਨਹੀਂ ਹੁੰਦੀਆਂ ਨੈਕਸਟ ਹੈ ਜੰਮੂ ਕਸ਼ਮੀਰ ਰਾਜ ਦੇ ਨਾਗਰਿਕਤਾ ਹੈ ਜਿਹੜੀ ਉਹ ਦੋਹਰੀ ਹੈ ਭਾਰਤੀ ਸੰਘ ਵਿੱਚ ਕੇਵਲ ਜੰਮੂ ਕਸ਼ਮੀਰ ਰਾਜ ਦੇ ਨਾਗਰਿਕ ਹੀ ਦੋਹਰੀ ਨਾਗਰਿਕਤਾ ਦੇ ਉਪਭੋਗ ਕਰਦੇ ਹਨ ਭਾਵ ਕਿ ਉਹ ਜੰਮੂ ਕਸ਼ਮੀਰ ਦੇ ਵੀ ਨਾਗਰਿਕ ਹਨ ਤੇ ਭਾਰਤ ਦੇ ਵੀ ਨਾਗਰਿਕ ਹਨ ਇੱਥੋਂ ਦੇ ਨਾਗਰਿਕਾਂ ਨੂੰ ਇੱਕ ਤਾਂ ਜੰਮੂ ਕਸ਼ਮੀਰ ਰਾਜ ਦੀ ਨਾਗਰਿਕਤਾ ਵੀ ਉਹਨਾਂ ਨੂੰ ਮਿਲੀ ਹੋਈ ਹੈ ਅਤੇ ਭਾਰਤ ਹੋਰ ਰਾਜਾਂ ਦੇ ਨਾਗਰਿਕਾਂ ਨੂੰ ਵੀ ਭਾਰਤ ਦੀ ਕੈਰੀ ਨਾਗਰਿਕਤਾ ਪ੍ਰਾਪਤ ਹੈ ਕਿ ਉਹਨਾਂ ਨੂੰ ਉਹ ਜੰਮੂ ਕਸ਼ਮੀਰ ਰਾਜ ਦੇ ਵੀ ਨਾਗਰਿਕ ਹਨ ਤੇ ਭਾਰਤ ਦੇ ਵੀ ਨਾਗਰਿਕ ਹਨ ਨੈਕਸਟ ਹੈ ਜੰਮੂ ਕਸ਼ਮੀਰ ਰਾਜ ਦੇ ਨਾਗਰਿਕ ਮੂਲ ਅਧਿਕਾਰਾਂ ਦਾ ਉਪਯੋਗ ਤਾਂ ਕਰ ਸਕਦੇ ਹਨ ਪਰੰਤੂ ਕਰਤਵਾਂ ਵਿੱਚ ਚੰਗੇ ਨਹੀਂ ਕਿ ਜਦੋਂ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਅਨੁਸਾਰ ਕੀ ਹੈ ਨਾਲ ਸੰਬੰਧਿਤ ਭਾਰਤ ਦੇ ਸੰਵਿਧਾਨ ਦੇ ਭਾਗ ਚਾਰ ਦੇ ਉਪਯੋਗ ਜੰਮੂ ਕਸ਼ਮੀਰ ਰਾਜ ਉੱਤੇ ਲਾਗੂ ਨਹੀਂ ਹੁੰਦੇ ਅਨੁਛੇਦ 19 ਦੇ ਅਨੁਸਾਰ ਉਪਬੰਧ 25 ਸਾਲ ਦੇ ਸਮੇਂ ਤੱਕ ਵਿਸ਼ੇਸ਼ ਨਿਰਬੰਧ ਦੇ ਅਧੀਨ ਸਮੇਂ ਲਈ ਲਏ ਗਏ ਹਨ ਠੀਕ ਹੈ ਕਿ ਇੱਕ ਨਿਸ਼ਚਿਤ ਸਮੇਂ ਤੱਕ ਹੈ ਜਿਹੜਾ ਉਹ ਭਾਗ ਚਾਰ ਦੇ ਜਿੰਨੇ ਵੀ ਫੰਡਾਮੈਂਟਲ ਰਾਈਟਸ ਹਨ ਉਹਨਾਂ ਦੀ ਜਿਹੜੀ ਯੂਜ਼ ਹੈ ਜਿਹੜਾ ਉਹ ਨਹੀਂ ਕਰ ਸਕਦੇ ਵਿਸ਼ੇਸ਼ ਨਿਰਬੰਧ ਦੇ ਅਧੀਨ ਸਮੇਂ ਲਈ ਲਏ ਗਏ ਹਨ ਨਿਯੋਜਨ ਅਤੇ ਨਿਵਾਸ ਦੇ ਵਿਸ਼ੇਸ਼ ਅਧਿਕਾਰ ਰਾਜ ਦੇ ਸਥਾਈ ਨਿਵਾਸੀਆਂ ਨੂੰ ਪ੍ਰਦਾਨ ਕੀਤੇ ਗਏ ਹਨ ਚੋਣ ਦੇ ਸੰਬੰਧ ਦੇ ਵਿੱਚ ਵਿਵਸਥਾ ਜੰਮੂ ਕਸ਼ਮੀਰ ਦਾ ਨਾਗਰਿਕ ਭਾਰਤ ਦਾ ਨਾਗਰਿਕ ਹੋਣ ਕਾਰਨ ਭਾਰਤੀ ਸੰਘ ਦੇ ਕਿਸੇ ਵੀ ਖੇਤਰ ਤੋਂ ਚੋਣ ਲੜ ਸਕਦਾ ਹੈ ਪਰੰਤੂ ਭਾਰਤੀ ਸੰਘ ਦੇ ਹੋਰਾਂ ਰਾਜਾਂ ਦੇ ਨਾਗਰਿਕ ਭੂਮੀ ਖਰੀਦ ਨਹੀਂ ਸਕਦੇ ਭਾਵ ਕਿ ਜਦੋਂ ਜੰਮੂ ਕਸ਼ਮੀਰ ਦਾ ਨਾਗਰਿਕ ਹੈ ਜਿਹੜਾ ਉਹ ਭਾਰਤ ਦਾ ਨਾਗਰਿਕ ਹੋਣ ਕਾਰਨ ਭਾਰਤ ਦੇ ਕਿਸੇ ਵੀ ਸੰਘ ਤੋਂ ਉਮੀਦਵਾਰ ਦੇ ਰੂਪ ਵਿੱਚ ਚੋਣ ਲੜ ਸਕਦਾ ਹੈ ਪਰੰਤੂ ਨਾਗਰਿਕ ਉੱਥੋਂ ਦੇ ਨਾਗਰਿਕ ਪਰੰਤੂ ਭਾਰਤ ਦੇ ਨਾਗਰਿਕ ਹੈ ਜਿਹੜੀ ਉਹ ਜੰਮੂ ਕਸ਼ਮੀਰ ਸਟੇਟ ਦੀ ਭੂਮੀ ਹੈ ਜਿਹੜੀ ਉਹ ਖਰੀਦ ਨਹੀਂ ਸਕਦਾ ਪਰੰਤੂ ਇਹ ਗੱਲ ਦੱਸਣ ਯੋਗ ਹੈ ਕਿ ਵਰਤਮਾਨ ਸਮੇਂ
अमित शाह द्वारा एक जिहड़ी अनुच्छेद हटा दिता गया है, 370 नूं विशेष स्टेट का दर्जा है जिहड़ा ओह हटा दिता गया है, जिस अधीन जिहड़ा ये सारे अधिकार भूमि खरीद या फिर चोन लड़न दा किसी भी तरह दा अधिकार है जिहड़ा ओह सानूं मिल गया है। ते वर्तमान समय जम्मू कश्मीर नूं विशेष राज दा दर्जा प्राप्त नहीं है। नैक्सट है जम्मू कश्मीर राज नूं ਵੱਧ ਅਧਿਕਾਰ। ਭਾਰਤੀ ਸੰਸਦ ਦੀ ਸ਼ਕਤੀਆਂ ਭਾਰਤ ਦੇ ਹੋਰਾਂ ਰਾਜਾਂ ਦੀ ਤੁਲਨਾ ਵਿੱਚ ਜੰਮੂ ਕਸ਼ਮੀਰ ਨੂੰ ਜ਼ਿਆਦਾ ਦਿੱਤੀਆਂ ਗਈਆਂ ਹਨ, ਕਿਉਂਕਿ ਸਮਵਰਤੀ ਸੂਚੀ ਦੇ 47 ਵਿਸ਼ਿਆਂ ਵਿੱਚੋਂ ਕੇਵਲ 24 ਵਿਸ਼ੇ ਜਿਹੜੇ ਭਾਰਤੀ ਸੰਸਦ ਤੇ ਕਾਨੂੰਨ ਬਣਾ ਸਕਦੀ ਹੈ। ਠੀਕ ਹੈ, ਬਾਕੀ ਕੀ ਹੈ, ਬਾਕੀ ਜਿਹੜੀ ਜੰਮੂ ਕਸ਼ਮੀਰ ਹੈ ਜਿਹੜਾ ਉਹ ਬਣਾਏਗਾ, ਜਿਹੜਾ ਜੰਮੂ ਕਸ਼ਮੀਰ ਦਾ ਸੰਵਿਧਾਨ ਬਣਾਏਗਾ। ਨੈਕਸਟ ਹੈ ਸੰਕਟਕਾਲੀਨ ਸਥਿਤੀ। ਰਾਸ਼ਟਰਪਤੀ ਸ਼ਾਸਨ ਦੇ ਸ਼ਾਸਨ ਸਥਾਨ ਤੇ ਰਾਜਪਾਲ ਦਾ ਸ਼ਾਸਨ। ਰਾਸ਼ਟਰਪਤੀ ਸੰਕਟਕਾਲੀਨ ਸਥਿਤੀ ਵਿੱਚ ਜਿੱਥੇ ਭਾਰਤੀ ਸੰਘ ਦੇ ਹੋਰਾਂ ਰਾਜਾਂ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੁੰਦੇ ਹਨ, ਉੱਥੇ ਜੰਮੂ ਕਸ਼ਮੀਰ ਰਾਜ ਵਿੱਚ ਰਾਜਪਾਲ ਦਾ ਸ਼ਾਸਨ ਹੁੰਦਾ ਹੈ। ਵਿਦੇਸ਼ੀ ਮਾਮਲਿਆਂ ਤੇ ਸੰਕਟਕਾਲੀਨ ਸਥਿਤੀ ਵਿੱਚ ਜੰਮੂ ਕਸ਼ਮੀਰ ਰਾਜ ਦੀ ਸਹਿਮਤੀ ਲੈਣੀ ਜ਼ਰੂਰੀ ਹੈ ਕਿ ਕੋਈ ਵੀ ਸੰਕਟਕਾਲੀਨ ਸਥਿਤੀ ਆਉਂਦਾ ਹੈ ਤਾਂ ਉਸ ਵਿੱਚ ਜਾਂ ਕਿਸੇ ਵਿਸ਼ੇਸ਼ ਹਮਲੇ ਦੀ ਸੰਕਟਕਾਲੀਨ ਸਥਿਤੀ ਵਿੱਚ ਜੰਮੂ ਕਸ਼ਮੀਰ ਰਾਜ ਦੀ ਸਹਿਮਤੀ ਲੈਣੀ ਜ਼ਰੂਰੀ ਹੋਵੇਗੀ। ਅਲੱਗ ਝੰਡੇ ਅਤੇ ਰਾਜ ਭਾਸ਼ਾ ਦੀ ਵਿਵਸਥਾ। ਜੰਮੂ ਕਸ਼ਮੀਰ ਦੇ ਸੰਵਿਧਾਨ ਵਿੱਚ ਧਾਰਾ 124 ਵਿੱਚ ਜੰਮੂ ਕਸ਼ਮੀਰ ਰਾਜ ਦੇ ਲਈ ਇੱਕ ਅਲੱਗ ਝੰਡੇ ਦੀ ਵਿਵਸਥਾ ਕੀਤੀ ਗਈ ਹੈ। ਆਰਟੀਕਲ ਕਿਹੜੇ ਦੇ ਅੰਦਰ? 144 ਦੇ ਅੰਦਰ। ਠੀਕ ਹੈ, ਤੇ ਇਸ ਪ੍ਰਕਾਰ 143 ਦੇ ਅਧੀਨ ਇਸ ਨੂੰ ਉਰਦੂ ਭਾਸ਼ਾ ਇਸਦੀ ਰਾਜ ਭਾਸ਼ਾ ਦੇ ਰੂਪ ਵਿੱਚ ਘੋਸ਼ਿਤ ਕੀਤੀ ਗਈ ਹੈ। ਲੈਂਗੁਏਜ ਹੈ ਜਿਹੜੀ 143 ਦੇ ਅਕੋਰਡਿੰਗ ਐਂਡ ਝੰਡਾ ਹੈ ਜਿਹੜਾ 144 ਦੇ ਅਕੋਰਡਿੰਗ ਵਿਵਸਥਿਤ ਕੀਤਾ ਗਿਆ ਹੈ। ਨੈਕਸਟ ਹੈ ਸੀਮਾਵਾਂ ਵਿੱਚ ਪਰਿਵਰਤਨ ਸੰਬੰਧੀ ਵਿਵਸਥਾ। ਭਾਰਤ ਦੀ ਸੰਸਦ ਜੰਮੂ ਕਸ਼ਮੀਰ ਰਾਜ ਦੇ ਵਿਧਾਨ ਮੰਡਲ ਤੋਂ ਸਹਿਮਤੀ ਪ੍ਰਾਪਤ ਕੀਤੇ ਬਿਨਾਂ ਕਿਸੇ ਵਿਖੇ ਰਾਜ ਦੇ ਖੇਤਰ ਦੀ ਸੀਮਾਵਾਂ ਵਿੱਚ ਕੋਈ ਪਰਿਵਰਤਨ ਨਹੀਂ ਕਰ ਸਕਦੀ। ਕਿ ਭਾਰਤ ਦੀ ਸੰਸਦ ਹੈ ਜਿਹੜੀ ਉਹ ਪਾਰਲੀਮੈਂਟ ਹੈ ਜਿਹੜੀ ਉਹ ਜੰਮੂ ਕਸ਼ਮੀਰ ਰਾਜ ਦੇ ਵਿਧਾਨ ਮੰਡਲ ਤੋਂ, ਕਿ ਜੰਮੂ ਕਸ਼ਮੀਰ ਰਾਜ ਦਾ ਜਿਹੜਾ ਲੈਜਿਸਲੇਟਿਵ ਹੈ ਤਾਂ ਉਸ ਤੋਂ ਕੀ ਹੈ, ਸਹਿਮਤੀ ਬਿਨਾਂ ਕਿਸੇ ਵੀ ਰਾਜ ਦੀ ਸੀਮਾ ਵਿੱਚ ਪਰਿਵਰਤਨ ਨਹੀਂ ਕਰ ਸਕਦੀ। ਨੈਕਸਟ ਹੈ ਭਾਰਤ ਦੀ ਸੰਸਦ ਦਾ ਅਧਿਕਾਰ ਖੇਤਰ। ਜੰਮੂ ਕਸ਼ਮੀਰ ਰਾਜ ਦੇ ਬਾਰੇ ਵਿੱਚ ਸੰਸਦ ਦਾ ਅਧਿਕਾਰ ਖੇਤਰ ਸੰਘ ਸੂਚੀ ਪਲੱਸ ਸਮਵਰਤੀ ਸੂਚੀ ਦੇ ਵਿਸ਼ਿਆਂ ਉੱਤੇ ਤੱਕ ਹੀ ਸੀਮਿਤ ਹੈ। ਠੀਕ ਹੈ, ਕਿ ਸਮਵਰਤੀ ਸੂਚੀ ਵਿੱਚ ਸ਼ਾਮਿਲ ਵਿਸ਼ਿਆਂ ਉੱਤੇ ਕੋਈ ਵੀ ਅਧਿਕਾਰ ਪ੍ਰਾਪਤ ਨਹੀਂ ਹੋਣਗੇ। ਰਾਜ ਦੇ ਬਾਰੇ ਇਸ ਸੰਸਦ ਨੂੰ ਵਿਧਾਨ ਬਣਾਉਣ ਦਾ ਅਵਿਸ਼ਟ ਸ਼ਕਤੀ ਹੈ ਕਿ ਅਵਿਸ਼ਿਸ਼ ਸ਼ਕਤੀ ਹੈ ਕਿ ਰਾਜ ਦੇ ਬਾਰੇ ਵਿੱਚ ਸੰਸਦ ਨੂੰ ਵਿਧਾਨ ਬਣਾਉਣ ਦਾ ਵੀ ਅਵਿਸ਼ਿਸ਼ ਸ਼ਕਤੀ ਹੈ ਕਿ ਭਾਵ ਕਿ ਜਦੋਂ ਵੀ ਸੰਸਦ ਨੂੰ ਇਹ ਫੀਲ ਹੁੰਦਾ ਹੈ ਕਿ ਇਸ ਰਾਜ ਬਾਰੇ ਕੋਈ ਵਿਸ਼ੇਸ਼ ਸੰਵਿਧਾਨ ਬਣਾ ਉਹ ਸੋਰੀ ਕਾਨੂੰਨ ਬਣਾਉਣਾ ਹੈ ਤਾਂ ਜਿਹੜੀ ਵਿਸ਼ੇਸ਼ ਸ਼ਕਤੀ ਹੈ ਜਿਹੜੀ ਸੰਵਿਧਾਨ ਇੱਥੋਂ ਦੀ ਪਾਰਲੀਮੈਂਟ ਨੂੰ ਨਾ ਕਿ ਸੰਸਦ ਨੂੰ। ਠੀਕ ਹੈ, ਸੰਵਿਧਾਨ ਦੇ ਅਨੁਛੇਦ 370 ਦਾ ਮੁਲਾਂਕਣ। ਸਭ ਤੋਂ ਪਹਿਲਾਂ ਇਸ ਦੇ ਪੱਖ ਵਿੱਚ ਮੁਲਾਂਕਣ ਕਰਦੇ ਹਨ। ਸਭ ਤੋਂ ਪਹਿਲਾਂ ਹੈ ਸੰਵਿਧਾਨ ਦੀ ਵਿਵਸਥਾ। 370 ਦੇ ਸਮਰਥਕ ਇਸ ਤੋਂ ਪ੍ਰਮੁੱਖ ਤਰਕ ਵਿਧਾਇਕ ਇਹ ਦਿੰਦੇ ਹਨ ਕਿ ਸੰਘ ਦੀ ਸਰਕਾਰ ਨੂੰ ਇਹ ਅਧਿਕਾਰ ਪ੍ਰਾਪਤ ਹੈ ਕਿ ਉਹ ਸੰਵਿਧਾਨ ਦੇ 370 ਜਾਂ ਉਸਦੇ ਕਿਸੇ ਅੰਸ਼ ਨੂੰ ਹਟਾ ਨਹੀਂ ਸਕਦੀ। ਸੰਘ ਦੀ ਸਰਕਾਰ ਇਸ ਕਾਰਨ ਜੰਮੂ ਕਸ਼ਮੀਰ ਰਾਜ ਦੀ ਵਿਧਾਨ ਮੰਡਲ ਦੀ ਸਹਿਮਤੀ ਨਾਲ ਹੀ ਅਜਿਹਾ ਕਾਰਜ ਕਰ ਸਕਦੀ ਹੈ। ਸੰਵਿਧਾਨ ਦੀ ਧਾਰਾ 370 ਦੇ ਅਕੋਰਡਿੰਗ ਕੀ ਕਿਹਾ ਜਾ ਸਕਦਾ ਹੈ ਕਿ ਇਸਦੇ ਤੀਜੇ ਖੰਡ ਵਿੱਚ ਇਸ ਬਾਰੇ ਇਹ ਸਪਸ਼ਟ ਉਲੇਖ ਹੈ ਕਿ ਇਸ ਅਨੁਛੇਦ ਦੇ ਪੂਰਵਗਾਮੀ ਅਨੁਛੇਦ ਵਿੱਚ ਕਿਸੇ ਗੱਲ ਦੇ ਹੁੰਦੇ ਹੋਏ ਵੀ ਰਾਸ਼ਟਰਪਤੀ ਲੋਕ ਅਧਿਸੂਚਨਾ ਦੁਆਰਾ ਘੋਸ਼ਣਾ ਕਰ ਸਕੇਗਾ। ਨੈਕਸਟ ਹੈ ਨੈਤਿਕ ਜ਼ਿੰਮੇਵਾਰੀ। ਸੰਵਿਧਾਨ ਦੀ ਧਾਰਾ 370 ਦੇ ਸਮਰਥਕ ਇਹ ਕਹਿੰਦੇ ਹਨ ਕਿ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਰਾਜ ਦੀ ਜਨਤਾ ਨੂੰ
ਚਿੰਤਾ ਸੀ ਕਿ ਭਾਰਤ ਸੰਘ ਵਿੱਚ ਰਹਿੰਦੇ ਹੋਏ ਜੰਮੂ ਕਸ਼ਮੀਰ ਰਾਜ ਦਾ ਇੱਕ ਅਲੱਗ ਸੰਵਿਧਾਨ ਹੋਵੇਗਾ ਅਤੇ ਉਸ ਦਾ ਅਲੱਗ ਝੰਡਾ ਹੋਵੇਗਾ। ਸੋ ਸਟੂਡੈਂਟ ਇਸ ਪ੍ਰਕਾਰ ਅਸੀਂ ਇਸ ਪੱਖ ਵਿੱਚ ਵੇਖਦੇ ਹਾਂ ਕਿ ਇਹਨਾਂ ਜਿਹੜਾ ਕਿਸੇ ਵੀ ਤਰ੍ਹਾਂ ਦੀ ਸਟੇਟ ਆਟੋਨੋਮੀ ਹੁੰਦੀ ਹੈ ਤਾਂ ਨਾ ਤਾਂ ਕਿਸੇ ਤਰ੍ਹਾਂ ਦਾ ਜਸਟਿਸ ਮਿਲਦਾ ਹੈ ਨਾ ਸ਼ਾਂਤੀ ਹੁੰਦੀ ਹੈ। ਜਦੋਂ ਸਟੇਟ ਹੈ ਜਿਹੜਾ ਇੱਕ ਖੁਦਮੁਖਤਿਆਰੀ ਦੀ ਗੱਲ ਕਰਦਾ ਹੈ ਤੇ ਸੈਂਟਰ ਵੱਲੋਂ ਇਸ ਦੀ ਸਵੀਕ੍ਰਿਤੀ ਨਹੀਂ ਹੁੰਦੀ ਹੈ ਤਾਂ ਜਸਟਿਸ ਵੀ ਪ੍ਰੋਪਰਲੀ ਨਹੀਂ ਮਿਲਦਾ ਹੈ, ਕਿਉਂਕਿ ਕਈ ਇਨਸਾਨ ਚਾਹੁੰਦੇ ਆ ਇਹ ਆਟੋਨੋਮੀ ਹੋਣੀ ਚਾਹੀਦੀ ਹੈ, ਕਈ ਚਾਹੁੰਦੇ ਨਹੀਂ ਹੋਣੀ ਚਾਹੀਦੀ ਹੈ, ਤੇ ਇਸ ਵਿੱਚ ਕੀ ਹੈ ਕਿਸੇ ਤਰ੍ਹਾਂ ਦੀ ਪੀਸ ਵੀ ਨਹੀਂ ਹੁੰਦੀ ਕਿ ਸ਼ਾਂਤੀ ਅਸ਼ਾਂਤੀ ਦਾ ਮਾਹੌਲ ਬਣਿਆ ਰਹਿੰਦਾ ਹੈ, ਜਿਸ ਕਾਰਨ ਕੀ ਹੈ ਹਰੇਕ ਜਨਤਾ ਜਾਂ ਹਰ ਇਸ ਦਾ ਭੁਗਤਾਨ ਹੈ ਜਿਹੜਾ ਜਨਤਾ ਨੂੰ ਜ਼ਿਆਦਾ ਕਰਨਾ ਪੈਂਦਾ ਹੈ ਅਤੇ ਆਮ ਜਨਤਾ ਹੈ ਜਿਹੜੀ ਇਸ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ, ਜਿਸ ਕਾਰਨ ਕੀ ਹੈ ਇਹ ਸਟੇਟ ਆਟੋਨੋਮੀ ਹੈ ਜਿਹੜਾ ਇੱਕ ਸਰਕਾਰ ਨੂੰ ਕੀ ਹੈ ਪ੍ਰਭਾਵਿਤ ਕਰਦਾ ਰਹਿੰਦਾ ਹੈ। ਨੈਕਸਟ ਹੈ ਰਾਜਨੀਤਿਕ ਦ੍ਰਿਸ਼ਟੀਕੋਣ। ਭਾਰਤ ਦੇ ਸੰਵਿਧਾਨ 370 ਦੁਆਰਾ ਬਣਾਈ ਰੱਖਣ ਦੇ ਪਿੱਛੇ ਇੱਕ ਦਲੀਲ ਇਹ ਵੀ ਦਿੱਤੀ ਜਾਂਦੀ ਹੈ ਕਿ ਸੰਵਿਧਾਨ ਵਿੱਚ ਵੱਡੇ ਵੱਡੇ ਪਰਿਵਰਤਨ ਲੋਕ ਸਹਿਮਤੀ ਦੁਆਰਾ ਜਨਾਦੇਸ਼ ਦੇ ਆਧਾਰ ਤੇ ਕੀਤੇ ਜਾਂਦੇ ਹਨ। ਵਰਤਮਾਨ ਵਿੱਚ ਦੇਸ਼ ਦੀ ਰਾਜਨੀਤੀ ਹੈ ਜਿਹੜੀ ਉਸ ਇਸ ਪਰਿਸਥਿਤੀ ਅਨੁਸਾਰ ਦੇ ਹਵਾਲੇ ਹਟਾਏ ਜਾਣ ਲਈ ਉਚਿਤ ਨਹੀਂ ਹੈ। ਅਨੁਛੇਦ ਨੂੰ ਹਟਾਏ ਜਾਣ ਲਈ ਨਾਲ ਜੰਮੂ ਕਸ਼ਮੀਰ ਦੀ ਜਨਤਾ ਦੇ ਸੰਘ ਸਰਕਾਰ ਦੇ ਵਿੱਚ ਦਰਾਰ ਚੌੜੀ ਹੋ ਸਕਦੀ ਹੈ ਜੋ ਭਾਰਤ ਰਾਸ਼ਟਰ ਦੇ ਹਿੱਤ ਵਿੱਚ ਨਹੀਂ ਹੈ। ਜ਼ਿਆਦਾਤਰ ਵਿਦਵਾਨ ਇਸ ਤੱਥ ਨਾਲ ਸਹਿਮਤ ਹਨ ਕਿ ਸੰਵਿਧਾਨ ਸਭਾ ਦਾ ਅਨੁਛੇਦ 370 ਇੱਕ ਅਸਥਾਈ ਵਿਵਸਥਾ ਵਾਲਾ ਹੈ, ਇਸ ਨੂੰ ਇੱਕ ਦਿਨ ਤਾਂ ਹਟਾਉਣਾ ਜ਼ਰੂਰੀ ਹੀ ਹੈ। ਭਾਵ ਕਿ ਜਦੋਂ ਜੰਮੂ ਕਸ਼ਮੀਰ ਰਾਜ ਦੀ ਸਥਾਪਨਾ ਹੋਈ ਉਸ ਵਿੱਚ ਉਦੋਂ 370 ਦੇ ਅਧੀਨ ਉਸਨੂੰ ਇੱਕ ਵਿਸ਼ੇਸ਼ ਸਟੇਟ ਦਾ ਦਰਜਾ ਦਿੱਤਾ ਗਿਆ। ਪੋਲੀਟੀਕਲ ਓਵਰਵਿਊ ਦੇ ਅਕੋਰਡਿੰਗ ਕੀ ਕਿਹਾ ਜਾ ਸਕਦਾ ਹੈ ਕਿ 370 ਹੈ ਜਿਹੜੀ ਉਹ ਉਸਨੂੰ ਬਣਾਈ ਰੱਖਣ ਦੇ ਪਿੱਛੇ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਇਹ ਜਿਹੜੀ ਇਹ ਸਰ ਬਦਲਤੇ ਪਰਿਵਰਤਨ ਅਨੁਸਾਰ ਜਾਂ ਲੋਕਾਂ ਦੇ ਹਿੱਤ ਦੇ ਲਈ ਇਹ 370 ਹੈ ਜਿਹੜੀ ਉਹ ਇੱਕ ਇੰਪੋਰਟੈਂਟ ਅਨੁਛੇਦ ਹੈ ਅਤੇ ਇਸ ਨੂੰ ਹਟਾਇਆ ਜਾਣਾ ਜ਼ਰੂਰੀ ਉਚਿਤ ਨਹੀਂ ਹੈ। ਇਸ ਨਾਲ ਕੀ ਹੋਏਗਾ ਸੈਂਟਰ ਅਤੇ ਲੋਕਾਂ ਦੇ ਵਿਚਕਾਰ ਕੀ ਹੈ ਇੱਕ ਦਰਾਰ ਚੌੜੀ ਹੋ ਜਾਵੇਗੀ ਅਤੇ ਭਾਰਤ ਰਾਸ਼ਟਰ ਦੇ ਹਿੱਤ ਵਿੱਚ ਨਹੀਂ ਹੋਵੇਗੀ। ਜ਼ਿਆਦਾਤਰ ਵਿਦਵਾਨ ਹੈ ਜਿਹੜੇ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਜਿਹੜੇ ਸੰਵਿਧਾਨ ਸਭਾ ਦੁਆਰਾ ਜਿਹੜਾ 370 ਅਨੁਛੇਦ ਲਗਾਇਆ ਗਿਆ ਹੈ ਤੇ ਇੱਕ ਵਿਸ਼ੇਸ਼ ਰਾਜ ਦਾ ਦਰਜਾ ਜਿਹੜਾ ਜੰਮੂ ਕਸ਼ਮੀਰ ਨੂੰ ਦਿੱਤਾ ਗਿਆ ਹੈ ਉਸ ਦੇ ਹਟਾਏ ਜਾਣ ਦੇ ਵਿੱਚ ਉਸਨੂੰ ਇੱਕ ਨਾ ਇੱਕ ਦਿਨ ਜ਼ਰੂਰ ਹਟਾਇਆ ਜਾਵੇਗਾ। ਓਕੇ, ਨੈਕਸਟ ਹੈ ਸੰਵਿਧਾਨ ਦੇ ਅਨੁਛੇਦ 370 ਦੇ ਵਿਰੋਧ ਵਿੱਚ ਤਰਕ। ਫਸਟ ਹੈ ਅਸਥਾਈ ਹਮਲਾਕਾਰੀ ਤੇ ਵਿਸ਼ੇਸ਼ ਉਪਬੰਧ। ਸੰਵਿਧਾਨ ਦੇ ਅਨੁਛੇਦ 370 ਨੂੰ ਹਟਾਉਣ ਦੇ ਸਮਰਥਕ ਵਿਦਵਾਨਾਂ ਦਾ ਕਹਿਣਾ ਹੈ ਕਿ ਜਦੋਂ ਭਾਰਤ ਦੇ ਸੰਵਿਧਾਨ ਦੇ ਭਾਗ ਦਾ 21ਵਾਂ ਵਿਸ਼ਾ ਹੀ ਅਸਥਾਈ ਸੰਕਟਕਾਲੀਨ ਵਿਸ਼ੇਸ਼ ਉਪਬੰਧ ਹੈ ਤਾਂ ਫਿਰ 50 ਸਾਲਾਂ ਤੋਂ ਵੀ ਵੱਧ ਸਮੇਂ ਤੱਕ ਇਹ ਵਿਵਸਥਾ ਕਿਉਂ ਬਣਾਈ ਗਈ ਹੈ ਕਿ ਜਦੋਂ ਭਾਰਤੀ ਸੰਵਿਧਾਨ ਦਾ ਜਦੋਂ 21ਵਾਂ ਵਿਸ਼ਾ ਹੈ ਜਿਹੜਾ ਉਹ ਅਸਥਾਈ ਹੈ ਤਾਂ ਇਸ ਵਿਸ਼ੇ ਨੂੰ 50 ਸਾਲਾਂ ਤੋਂ ਜ਼ਿਆਦਾ ਹੈ ਜਿਹੜਾ ਇਹ ਵਿਸ਼ੇਸ਼ ਉਪਬੰਧ ਵਾਲੇ ਵਿਸ਼ੇ ਨੂੰ ਇਹ ਅਸਥਾਈ ਕਿਉਂ ਬਣਾਇਆ ਹੋਇਆ ਹੈ। ਠੀਕ ਹੈ, ਨੈਕਸਟ ਹੈ ਪੋਲੀਟੀਕਲ ਪੱਖ। ਸੰਵਿਧਾਨ ਦੀ ਧਾਰਾ 370 ਜੰਮੂ ਕਸ਼ਮੀਰ ਦੀ ਜਨਤਾ ਦਾ ਕੋਈ ਇੱਕ ਮੌਲਿਕ ਅਧਿਕਾਰ ਨਹੀਂ ਹੈ। ਇਹ ਤਤਕਾਲੀਨ ਰਾਜਨੀਤਿਕ ਪਰਿਸਥਿਤੀਆਂ ਵਿੱਚ ਭਾਰਤ ਸਰਕਾਰ ਦੁਆਰਾ ਜੰਮੂ ਕਸ਼ਮੀਰ ਦੀ ਜਨਤਾ ਨੂੰ ਦਿੱਤਾ ਗਿਆ ਸੀ ਅਤੇ ਅਸਥਾਈ ਸੀ। ਵਰਤਮਾਨ ਸਮੇਂ ਇਹ ਇੱਕ ਪਰਿਸਥਿਤੀ ਵਿਦਮਾਨ ਨਹੀਂ ਰਹੀ। ਭਾਵ ਕਿ ਜਦੋਂ ਪੋਲੀਟੀਕਲ ਪੱਖ ਦੇ ਅਕੋਰਡਿੰਗ ਸੋਚੀਏ ਕਿ 370 ਦੇ ਅਗੇਂਸਟ ਇਹ ਕਿਹਾ ਜਾ ਸਕਦਾ ਹੈ ਕਿ ਇਹ ਮੌਲਿਕ ਅਧਿਕਾਰ ਜਨਤਾ ਦਾ ਨਹੀਂ ਹੈ। ਠੀਕ ਹੈ, ਅਤੇ ਤਤਕਾਲੀਨ ਪਰਿਸਥਿਤੀ ਅਨੁਸਾਰ ਬੈਨੀਫਿਸ਼ੀਅਲ ਜਨਤਾ ਲਈ ਨਹੀਂ ਹੈ। ਠੀਕ ਹੈ,
एक अस्थाई है ते वर्तमान समय इस परिस्थिति अनुसार इस नु विद्यमान नहीं रखा जा सकता। ਭਾਰਤ ਦੇ ਸੰਵਿਧਾਨ ਦੇ ਕਿਸੇ ਵੀ ਅਨੁਛੇਦ ਨੂੰ ਅਲੱਗ ਨਹੀਂ ਦੇਖਿਆ ਜਾ ਸਕਦਾ ਭਾਵ ਕਿ ਵਿਦਵਾਨਾਂ ਦਾ ਇਹ ਤਰਕ ਹੈ ਕਿ ਜਦੋਂ ਸੰਵਿਧਾਨ ਦੀ ਕੋਈ ਧਾਰਾ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਲਈ ਚੁਣੌਤੀ ਬਣ ਜਾਵੇ ਤਾਂ ਭਾਰਤੀ ਸੰਸਦ ਨੂੰ ਅਜਿਹੇ ਕਿਸੇ ਵੀ ਧਾਰਾ ਵਿੱਚ ਸੋਧ ਕਰਨ ਦਾ ਅਧਿਕਾਰ ਹੈ ਭਾਵ ਕਿ ਜੋ ਜਿਵੇਂ ਜੰਮੂ ਕਸ਼ਮੀਰ ਦੀ ਮੰਨ ਲਓ ਆਤੰਕਵਾਦ ਫੈਲਿਆ ਰਹਿੰਦਾ ਹੈ ਜਾਂ ਕਿਸੇ ਨਾ ਕਿਸੇ ਹਮਲੇ ਦੀ ਡਰ ਕਾਰਨ ਕੀ ਹੈ ਜੇਕਰ ਉੱਥੋਂ ਦੀ ਸਰਕਾਰ ਹੈ ਜਿਹੜੀ ਕਿਸੇ ਵੀ ਧਾਰਾ ਵਿੱਚ ਕੀ ਹੈ ਸੋਧ ਕਰ ਸਕਦੀ ਹੈ ਤੇ ਉਸਨੂੰ ਉਸਦਾ ਪੂਰਾ ਅਧਿਕਾਰ ਹੈ ਸੰਵਿਧਾਨ ਦੇ ਕਿਸੇ ਵੀ ਧਾਰਾ ਨੂੰ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ ਕਿ ਸੰਵਿਧਾਨ ਜੇ ਉਹ ਕਿਸੇ ਵੀ ਤਰ੍ਹਾਂ ਦੀ ਸੋਧ ਕਰ ਸਕਦੇ ਹਨ ਤੇ ਉਸ ਸੋਧ ਨੂੰ ਸੰਵਿਧਾਨ ਤੋਂ ਅਲੱਗ ਨਹੀਂ ਦੇਖਿਆ ਜਾ ਸਕਦਾ ਭਾਰਤ ਦੇ ਸੰਵਿਧਾਨ ਦੀ ਪਹਿਲੀ ਧਾਰਾ ਇਹ ਧਾਰਾ 370 ਤੋਂ ਵੱਧ ਮਹੱਤਵ ਦੀ ਹੈ ਧਾਰਾ ਪਹਿਲੀ ਭਾਰਤ ਨੂੰ ਭਾਰਤ ਰਾਜ ਦਾ ਸੰਘ ਬਣਾਉਣਾ ਹੈ ਅਤੇ ਉਸਦੇ ਰਾਜਾਂ ਦੇ ਭੂਭਾਗ ਨੂੰ ਪਹਿਲੀ ਅਨੁਸੂਚੀ ਵਿੱਚ ਲੰਬਿਤ ਕਰਨਾ ਹੈ ਸੈਕਿੰਡ ਵਿਵਸਥਾ ਹੈ ਸ਼ੋਸ਼ਣਕਾਰੀ ਵਿਵਸਥਾ ਸ਼ੋਸ਼ਣਕਾਰੀ ਵਿਵਸਥਾ ਦੇ ਅਧੀਨ ਕੀ ਹੈ ਭਾਰਤ ਦੇ ਸੰਵਿਧਾਨ ਦੇ ਤੀਜੇ 370 ਜਨਮਤ ਦੇ ਦਿਲ ਵਿੱਚ ਪਰਜੀਆਂ ਨੂੰ ਇਹ ਆਹਾਰ ਉਪਲਬਧ ਕਰਾਉਣ ਤੋਂ ਹੈ ਉਪਲਬਧ ਕਰਾਉਣ ਤੋਂ ਕੁਝ ਵੱਧ ਨਹੀਂ ਹੈ ਇਹ ਗਰੀਬਾਂ ਨੂੰ ਇਹ ਗਰੀਬਾਂ ਨੂੰ ਲੁੱਟਦੀ ਹੈ ਸੰਪੰਨ ਅਤੇ ਜਾਤੀਆਂ ਦੀ ਜੇਬਾਂ ਭਰਦੀ ਹੈ 370 ਧਾਰਾ ਰਾਜ ਦੇ ਸੱਤਾਯੁਕਤ ਵਰਗ ਤੋਂ ਨੌਕਰਸ਼ਾਹੀ ਘਰਾਣਿਆਂ ਅਤੇ ਵਕਾਲਤ ਜਿਹੇ ਕਿ ਗੋਤਿਆਂ ਤੋਂ ਨਿਹਿਤ ਤੱਤਾਂ ਦੇ ਹੱਥਾਂ ਵਿੱਚ ਸ਼ੋਸ਼ਣ ਦਾ ਇੱਕ ਸਾਧਨ ਹੈ ਅਨਿਆਂਕਾਰੀ ਵਿਵਸਥਾ ਇਹ ਇੱਕ ਅਨਿਆਂਕਾਰੀ ਵਿਵਸਥਾ ਵੀ ਹੈ 370 ਹੈ ਜਿਹੜੀ ਉਸਨੂੰ ਇੱਕ ਅਨਿਆਂਕਾਰੀ ਵਿਵਸਥਾ ਹੀ ਮੰਨਦੇ ਹਨ ਉਹਨਾਂ ਦੇ ਅਕੋਰਡਿੰਗ ਇਹ ਇੱਕ ਅਜਿਹਾ ਅਜਿਹੇ ਲੋਕਾਂ ਦੁਆਰਾ ਬਣਾਇਆ ਹੈ ਜਿੱਥੇ ਨਿਆਂ ਨਹੀਂ ਸਮਰਥਨ ਵਰਗ ਰਾਜ ਵਿੱਚ ਕਿਸੇ ਸਵਾਰਥ ਵਿਧੀ ਕਾਨੂੰਨਾਂ ਦੇ ਪ੍ਰਵੇਸ਼ ਦੀ ਇਜਾਜ਼ਤ ਨਹੀਂ ਦਿੰਦਾ ਆਮ ਜਨਤਾ ਨੂੰ ਇਹ ਸਮਝਣ ਹੀ ਨਹੀਂ ਦਿੱਤਾ ਜਾਂਦਾ ਕਿ ਅਨੁਛੇਦ 370 ਅਸਲ ਵਿੱਚ ਉਹਨਾਂ ਨੂੰ ਗਰੀਬ ਬਣਾ ਰਿਹਾ ਹੈ ਅਨਿਆਂ ਅਰਥਾਤ ਆਰਥਿਕ ਵਿਕਾਸ ਅਤੇ ਉਹਨਾਂ ਦੀ ਹਿੱਸੇਦਾਰੀ ਤੋਂ ਵੰਚਿਤ ਰੱਖਿਆ ਗਿਆ ਹੈ ਭਾਵ ਕਿ 370 ਧਾਰਾ ਜਿਹੜੀ ਹੈ ਇਹਨਾਂ ਦੇ ਅਕੋਰਡਿੰਗ ਕੀ ਹੈ ਇੱਕ ਅਨਿਆਂਕਾਰੀ ਵਿਵਸਥਾ ਜੋ ਕਿ ਆਪਣੇ ਸਵਾਰਥਾਂ ਲਈ ਕੀ ਹੈ ਕਿਸੇ ਵੀ ਕਾਨੂੰਨ ਨੂੰ ਜਿਹੜਾ ਲਾਗੂ ਕਰ ਦਿੰਦੇ ਹਨ ਜਾਂ ਉੱਥੋਂ ਦੀ ਜਨਤਾ ਹੈ ਜਿਹੜੀ ਆਪਣੇ ਸਵਾਰਥਾਂ ਦੇ ਲਈ ਉੱਥੋਂ ਦੀ ਜਨਤਾ ਦੇ ਨਾਲ ਕੀ ਹੈ ਸ਼ੋਸ਼ਣ ਕਰਦੀ ਹੈ ਅਤੇ ਆਪਣੇ ਸਵਾਰਥਾਂ ਦੀ ਪੂਰਤੀ ਕਰਦੀ ਹੈ ਜਿਸ ਕਾਰਨ ਕੀ ਹੈ ਉਹਨਾਂ ਨੂੰ ਅਜਿਹੇ ਅਨਿਆਂ ਅਤੇ ਆਰਥਿਕ ਵਿਕਾਸ ਤੋਂ ਵੰਚਿਤ ਰੱਖਿਆ ਗਿਆ ਹੈ ਇੱਕ ਪਿਕਚਰ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਡਿਫਰੈਂਟ ਡਿਫਰੈਂਟ ਮਜ਼ਦੂਰ ਹੈ ਜਿਹੜੇ ਜਾਂ ਡਿਫਰੈਂਟ ਡਿਫਰੈਂਟ ਲੋਕਾਂ ਦੁਆਰਾ ਜਦੋਂ ਉੱਥੋਂ ਦੀ ਜਨਤਾ ਦੁਆਰਾ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਜਨਤਾ ਜਿਹੜੀ ਆਪਣੇ ਹਿੱਤਾਂ ਦੀ ਪੂਰਤੀ ਲਈ ਜਾਂ ਆਪਣੇ ਜੋ ਸ਼ੋਸ਼ਣ ਹੋ ਰਿਹਾ ਹੈ ਉਹ ਸ਼ੋਸ਼ਣ ਨੂੰ ਰੋਕਣ ਲਈ ਕੀ ਹੈ ਕਈ ਵਾਰ ਸੜਕਾਂ 'ਤੇ ਆ ਜਾਂਦੀ ਹੈ ਜਿਸ ਕਾਰਨ ਉਹ ਅੰਦੋਲਨ ਕਰਦੀ ਹੈ ਦੰਗਾ ਫਸਾਦ ਕਰਦੀ ਹੈ ਬਾਰਨ ਵਰਤ ਕਰਦੇ ਹਨ ਇਸ ਤਰ੍ਹਾਂ ਕੀ ਹੈ ਉਹ ਅਜਿਹੇ ਢੰਗਾਂ ਰਾਹੀਂ ਸਰਕਾਰ ਨੂੰ ਇਹ ਦਿਖਾਉਣਾ ਚਾਹੁੰਦੇ ਹਨ ਕਿ ਉਹ ਇਸ ਨਿਯਮ ਜਾਂ ਨਿਯਮ ਪ੍ਰਣਾਲੀ ਤੋਂ ਕੀ ਹੈ ਖੁਸ਼ ਨਹੀਂ ਹਨ ਅਤੇ ਆਪਣੇ ਜਿਹੜੇ ਉਦੇਸ਼ਾਂ ਦੀ ਪੂਰਤੀ ਲਈ ਜਾਂ ਸਵਾਰਥਾਂ ਦੀ ਪੂਰਤੀ ਲਈ ਜਿਹੜਾ ਸਰਕਾਰ ਜਨਤਾ ਉੱਤੇ ਪ੍ਰਭਾਵ ਪਾ ਰਹੀ ਹੈ ਉਹ ਠੀਕ ਨਹੀਂ ਹੈ ਜਦੋਂ ਅਸੀਂ 370 ਦੀ ਵਿਚਾਰਧਾਰਾ ਦੇ ਵਿਪੱਖ ਵਿੱਚ ਮੁਲਾਂਕਣ ਕਰਦੇ ਹਾਂ ਤਾਂ ਉਸ ਵਿੱਚ ਅਸੀਂ ਅੱਗੇ ਪੜ੍ਹਦੇ ਹਾਂ ਕਿ ਵੱਖਵਾਦ ਨੂੰ ਪ੍ਰੋਤਸਾਹਿਤ ਹੈ ਜਿਹੜੇ ਕਰਨ ਵਾਲੀ ਇਹ ਵਿਵਸਥਾ ਹੈ ਜਿਸ ਅਧੀਨ ਇਹ ਦੱਸਿਆ ਜਾਂਦਾ ਹੈ ਕਿ ਜਿਹੜਾ ਇਹ ਸੰਸ਼ੋਧਨ ਹੈ ਜਿਹੜਾ ਤੋਂ ਮਨਾਹੀ ਫੈਲਾਉਣ ਵਾਲੇ ਰਾਜਨੀਤੀ ਨੂੰ ਆਧਾਰ ਬਣਾਉਣ ਵਾਲੀ ਇੱਕ ਵਿਵਸਥਾ ਹੈ ਜਿਸ ਵਿੱਚ ਕੀ ਹੈ ਇਹ ਇੱਕ ਚਤੁਰ ਰਾਜਨੀਤੀ ਦਾ ਹਿੱਸਾ ਬਣ ਜਾਂਦੀ ਹੈ ਜਿਸ ਕਾਰਨ ਲੱਛਣ ਜਿਸਦਾ ਇਹ ਲੱਛਣ ਹੈ ਜਿਹੜੀ ਮੁੱਖ ਧਾਰਾ ਤੋਂ ਕਦੇ ਰੱਖਣਾ ਅਤੇ ਇੱਕ ਅਲੱਗ ਰਾਜ ਬਣਾਉਣਾ ਇੱਕ ਅਲੱਗ ਝੰਡਾ ਲਹਿਰਾਉਣਾ ਇਸਦੇ ਪਿੱਛੇ ਕੀ ਹੈ ਨਾ ਤਾਂ ਕੋਈ ਜਨਹਿਤ ਦੀ ਗੱਲ ਕੀਤੀ ਗਈ ਹੈ ਅਤੇ ਨਾ ਹੀ ਸ਼ਾਂਤੀ ਦੀ ਅਤੇ ਨਾ ਹੀ ਪ੍ਰਗਤੀ ਦੀ ਇਸ ਵਿੱਚ ਕੀ ਹੈ ਨਾ ਹੀ ਵਿਵਿਧਤਾ ਦੇ ਵਿਚਕਾਰ ਸੰਸਕ੍ਰਿਤਿਕ ਏਕਤਾ ਪ੍ਰਾਪਤ ਕਰਨ ਦੀ ਚਾਹ ਨਜ਼ਰ ਆਉਂਦੀ ਹੈ ਬਲਕਿ ਇਸ ਦੇ ਪਿੱਛੇ ਨਵੇਂ ਅਭਿਜਾਤ ਵਰਗ ਦੇ ਨਵੇਂ ਸ਼ੇਖਾਂ ਦੇ ਸਵਾਰਥਾਂ ਦੀ ਪੂਰਤੀ ਹੈ ਜਿਹੜੀ
ਉਹ ਜ਼ਿਆਦਾ ਸ਼ੋ ਹੁੰਦੀ ਹੈ। ਇਸ ਪ੍ਰਕਾਰ ਅਸੀਂ ਕਨਕਲੂਜਨ ਵਿੱਚ ਵੇਖਦੇ ਹਾਂ ਕਿ ਅਸੀਂ ਜਿਹੜੀ 370 ਦੀ ਧਾਰਾ ਦੇ ਵਿਪੱਖ ਦੋਨਾਂ ਪੜਾਵਾਂ ਬਾਰੇ ਪੜ੍ਹਿਆ ਅਤੇ ਉਹਨਾਂ ਦੇ ਜਿਹੜੇ ਬੇਸ ਹੈ ਜਾਂ ਕਿਸ ਕਾਰਨ ਨੂੰ ਇਹ ਤਰਕ ਦਿੱਤਾ ਜਾਂਦਾ ਹੈ ਕਿ ਵਿਪੱਖ ਵਿੱਚ ਹੈ 370 ਕਿ ਨਹੀਂ ਹੈ, ਤਾਂ ਉਸ ਬਾਰੇ ਪੜ੍ਹਿਆ ਅਤੇ ਜੰਮੂ ਕਸ਼ਮੀਰ ਦੀ ਜਿਹੜੀ ਖੁਦਮੁਖਤਿਆਰੀ ਬਾਰੇ ਪੜ੍ਹਿਆ। ਉਸ ਵਿੱਚ ਅਸੀਂ ਵੇਖਿਆ ਕਿ ਜਿਹੜੀ ਉੱਥੋਂ ਦੀ ਜਨਤਾ ਹੈ ਜਿਹੜੀ ਉਹ ਉਸ ਨੂੰ ਇਸ ਦਾ ਜ਼ਿਆਦਾ ਖਮਿਆਨਾ ਭੁਜਨਾ ਭੁਗਤਣਾ ਪੈਂਦਾ ਹੈ। ਵਰਤਮਾਨ ਸਮੇਂ ਇਹ ਗੱਲ ਦੱਸਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਅਧੀਨ ਜਿਹੜੀ ਇਹ ਸਰਕਾਰ ਬਣੀ ਸੀ ਵਰਤਮਾਨ ਵਿੱਚ ਜਿਹੜੀ 2017 ਵਿੱਚ, ਉਸ ਅਧੀਨ ਇਹ ਵਿਵਸਥਾ ਕੀਤੀ ਗਈ ਕਿ ਅਮਿਤ ਸ਼ਾਹ ਦੁਆਰਾ ਜਿਹੜਾ ਇਹ 370 ਦੀ ਧਾਰਾ ਜਿਹੜੀ ਉਹ ਹੁਣ ਖਤਮ ਕਰ ਦਿੱਤੀ ਗਈ ਹੈ ਅਤੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਹੈ ਜਿਹੜਾ ਉਹ ਵੀ ਹਟਾ ਦਿੱਤਾ ਗਿਆ ਹੈ। ਨਾ ਤਾਂ ਹੁਣ ਉੱਥੇ ਅਲੱਗ ਕੌਂਸਟੀਟਿਊਸ਼ਨ ਹੈ ਅਤੇ ਨਾ ਹੀ ਉਸਦਾ ਇੱਕ ਆਪਣਾ ਅਲੱਗ ਝੰਡਾ ਹੈ ਅਤੇ ਨਾ ਹੀ ਰਾਸ਼ਟਰੀ ਆਪਣੀ ਅਲੱਗ ਭਾਸ਼ਾ ਹੈ। ਜਿਹੜੀ ਉੱਥੋਂ ਦੀ ਸਟੇਟ ਲੈਂਗੁਏਜ ਹੈ ਉਹ ਉਰਦੂ ਹੀ ਹੈ, ਪਰੰਤੂ ਜਿਹੜੀ ਰਾਸ਼ਟਰੀ ਭਾਸ਼ਾ ਦੇ ਤੌਰ 'ਤੇ ਕੀ ਹੈ ਉਰਦੂ ਨੂੰ ਦਰਜਾ ਨਹੀਂ ਦਿੱਤਾ ਗਿਆ। ਇਸ ਪ੍ਰਕਾਰ ਕੀ ਹੈ ਅਸੀਂ ਵੇਖਦੇ ਹਾਂ ਕਿ 370 ਜਿਹੜੀ ਵਿਵਸਥਾ ਜਿਹੜੀ ਉਹ ਇੱਕ ਸ਼ੋਸ਼ਣਕਾਰੀ ਵਿਵਸਥਾ ਹੈ ਜਿਸ ਵਿੱਚ ਨਾ ਤਾਂ ਕਿਸੇ ਤਰ੍ਹਾਂ ਦੀ ਪ੍ਰਗਤੀ ਨਜ਼ਰ ਆਉਂਦੀ ਹੈ ਨਾ ਹੀ ਸ਼ਾਂਤੀ ਨਜ਼ਰ ਆਉਂਦੀ ਹੈ। ਠੀਕ ਹੈ, ਇਸ ਪ੍ਰਕਾਰ ਜਿਹੜਾ ਮੇਰਾ ਇਹ ਟੌਪਿਕ ਸੀ ਸਾਡਾ ਜੰਮੂ ਕਸ਼ਮੀਰ ਦੀ ਸਟੇਟ ਆਟੋਨੋਮੀ ਬਾਰੇ, ਇਹ ਸਾਡਾ ਅੱਜ ਪੂਰਾ ਹੁੰਦਾ ਹੈ। ਥੈਂਕ ਯੂ ਸਟੂਡੈਂਟਸ। ਸੋ ਸਟੂਡੈਂਟਸ, ਮੇਰਾ ਇਹ ਟੌਪਿਕ ਪੂਰਾ ਹੁੰਦਾ ਹੈ ਅਤੇ ਅੱਜ ਅਸੀਂ ਜਿਹੜਾ ਇਸ ਸਟੇਟ ਆਟੋਨੋਮੀ ਬਾਰੇ ਜੇ ਜੰਮੂ ਕਸ਼ਮੀਰ ਦੇ ਪੜ੍ਹਿਆ ਸੀ, ਨੈਕਸਟ ਵੀਡੀਓ ਵਿੱਚ ਅਸੀਂ ਪੰਜਾਬ ਦੀ ਸਟੇਟ ਆਟੋਨੋਮੀ ਬਾਰੇ ਵਿਸਥਾਰਪੂਰਵਕ ਪੜ੍ਹਾਂਗੇ। ਮੇਰੀ ਇਸ ਵੀਡੀਓ ਨੂੰ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ। ਥੈਂਕ ਯੂ।